ਕੁਸੀਂ ਇੱਕ ਸਾਲ ਉਸ ਤਸਵੀਰ ਦਾ ਜ਼ਿਕਰ ਨਹੀਂ ਕੀਤਾ ਜਿਹੜੀ ਤੁਹਾਡੇ ਮੂਸੇ ਵਾਲਾ ਸਾਹਿਬ ਦੇ ਨਾਲ ਸੀ ਔਰ ਬੜੀ ਵੱਡੀ ਗੱਲ ਸੀ ਉਸ ਤਸਵੀਰ ਦੇ ਪਹਿਲੀ ਵਾਰ ਮੈਨੂੰ ਲੱਗਦਾ ਤੁਸੀਂ ਕੈਮਰੇ ਤੇ ਬੋਲੋਗੇ ਮੂਸੇ ਵਾਲੇ ਨਾਲ ਤੁਹਾਡਾ ਕੀ ਗੱਲਬਾਤ ਕੀ ਹੋਈ ਸੀ ਕਿਵੇਂ ਤੁਸੀਂ ਸੰਪਰਕ ਤੇ ਵਿੱਚ ਆਏ ਮੇਰੇ ਤੇ ਕੋ ਅਟੈਕ ਹੋ ਗਿਆ ਸੀ ਫਰੋਜਪੁਰ ਦੇ ਵਿੱਚ ਕੁਝ ਬੰਦਿਆਂ ਨੇ ਕੋਈ ਬਦਮਾਸ਼ਾਂ ਨੇ ਅਟੈਕ ਕਰਦਾ ਸੀ ਚਾ ਮੂਸੇ ਵਾਲਾ ਕਹਿੰਦਾ ਕਿ ਗਾਮੇ ਦਾ ਹਾਲ ਕੀ ਗਾਮੇ ਦਾ ਹਾਲ ਕੀ ਉਹ ਕਹਿੰਦੇ ਯਾਰ ਬਰਾੜ ਕਹਿਣ ਲੱਗਾ ਕਿ ਤੁਸੀਂ ਕਿਵੇਂ ਜਾਣਦੇ ਕਹਿੰਦਾ ਯਾਰ ਮੈਂ ਜਾਣਦਾ ਤਾਂ ਮੈਨੂੰ ਬੱਬੂ ਦਾ ਫੋਨ ਆਇਆ ਕਹਿੰਦਾ ਯਾਰ ਸ਼ੁਭਦੀ ਯਾਦ ਕਰਦਾ ਮੈਂ ਕਹਿੰਦਾ ਉਹ ਕਿਵੇਂ ਯਾਦ ਕਰ ਮੈਨੂੰ ਕਿਵੇਂ ਜਾਣਦਾ ਕਹਿੰਦਾ ਇਹ ਨਹੀਂ ਪਤਾ ਪਰ ਤੇਨੂੰ ਮਿਲਣਾ ਚਾਹੁੰਦਾ ਦੋਨੇ ਉਹਨਾਂ ਦੇ ਫਾਦਰ ਸਰਦਾਰ ਬਲਕੌਰ ਸਿੰਘ ਔਰ ਸਿੱਧੂ ਔਰ ਇੰਨੀ ਜ਼ਿਆਦਾ ਚਾਹ ਪੀਓ ਭਾਈ ਜੀ ਕੀ ਹਾਲ ਚਾਲ ਤੁਸੀਂ ਸਿਹਤ ਕਿਦਾਂ ਪੂਰਾ ਐਂ ਜਿਵੇਂ ਆਪਣਾ ਪੜ ਨਹੀਂ ਹੁੰਦਾ ਜਿਦਾ ਇਦਾਂ ਮੈਨੂੰ ਦਿਖਾਇਆ ਹਨਾ ਉਹਨਾਂ ਨੇ ਉਹ ਕੀਤਾ ਕਹਿੰਦਾ ਸੋ ਹੱਲਪ ਕਿਵੇਂ ਕਰੀਏ ਤੁਹਾਡੀ ਮੇਰੇ ਕੋਈ ਗੱਲ ਨਹੀਂ ਪ੍ਰਮਾਤਮਾ ਦਾ ਵਧੀਆ ਹੈਗਾ ਕੋਈ ਪ੍ਰੋਬਲਮ ਨਹੀਂ ਹੈ ਨਾ ਪੈਸੇ ਦਾ ਉਹ ਨਹੀਂ ਨਹੀਂ ਕਹਿੰਦੇ ਹੋਰ ਹੈਲਪ ਕੀ ਕਰਨੀ ਕਿਹਨੂੰ ਫੋਨ ਕਰੀਏ ਕਿੱਥੇ ਅਪਰੋਚ ਕਰੀਏ ਕਿ ਤੁਹਾਡੀ ਹੈਲਪ ਹੋਵੇ ਤੁਹਾਡੇ ਨਾਲ ਬਹੁਤ ਮਾੜਾ ਹੋਇਆ ਉਸ ਤੋਂ ਬਾਅਦ ਵੀ ਮੈਂ ਸੁਣਿਆ ਕਿ ਇੱਕ ਹੋਰ ਕਿੱਸਾ ਹੋਇਆ ਸੀ ਜਦੋਂ ਮੂਸੇ ਵਾਲਿਆਂ ਨੇ ਕਿਹਾ ਕਿ ਗਾਮਾ ਆਇਆ ਹਾਂ ਉਹ ਬਰਥਡੇ ਸੀਗਾ ਤੇ ਬੱਬੂ ਹੋਰੀ ਅੰਦਰ ਸੀਗੇ ਹਾਂ ਤੇ ਕਹਿੰਦੇ ਕਿਸੇ ਨੂੰ ਅੰਦਰ ਨਹੀਂ ਆਉਣ ਦੇਣਾ ਕੋਈ ਪ੍ਰੈਸ ਵਾਲਾ ਕੋਈ ਨਹੀਂ ਬਰਥਡੇ ਮਨਾ ਰਹੇ ਸੀ ਤੇ ਬਾਹਰੋਂ ਕਿਸੇ ਨੇ ਆ ਕੇ ਕਿਹਾ ਕਹਿੰਦੇ ਕਿ ਉਹ ਸਿੱਧੂ ਸਿੱਧੂ ਕਰਕੇ ਪੱਤਰਕਾਰ ਹੈ ਹਾਂ ਕਿੰਦਾ ਪਤਾ ਕਰੋ ਗਾਮਾ ਤਾਂ ਨਹੀਂ ਕਰਕੇ ਜੇ ਗਾਮਾ ਹੈ ਤਾਂ ਅੰਦਰ ਬੁਲਾ ਲਓ ਹਨ ਸਿੱਧੂ ਤਾਂ ਯਾਰ ਐ ਐ ਐ ਕਰਕੇ ਪਾ ਦਿੰਦਾ ਸੀ ਨਾ ਬੀ ਆ ਆ ਰਿਹਾ ਤੂੰ ਹਿੱਟ ਸੀਗਾ ਹਿੱਟ ਸੀ ਬਾਹਰ ਨਾ ਹੋਇਆ ਪੱਥਰ ਨੂੰ ਹੀ ਹੱਥ ਲਾਉਂਦਾ ਸੀ ਤਾਂ ਉਹ ਸੋਨਾ ਬਣ ਜਾਂਦਾ ਫਿਰ ਕੀ ਗੱਲ ਹੋਈ ਫਿਰ ਉਸ ਤੋਂ ਬਾਅਦ ਤੇ ਉਹ ਗੱਲ ਹੋ ਗਈ ਤਾਂ ਉਦਰੇ ਉਹ ਹਾਂ ਵੀ ਕਹਿੰਦਾ ਹਾਂ ਸ਼ੁਭਦੀਪ ਕਹਿੰਦਾ ਕੋਈ ਗੱਲ ਨਹੀਂ ਗਾਮਾ ਮੈਨੂੰ ਗਾਣਾ ਰੈਡੀ ਹੈ ਤੇ ਦੇ ਦੇ ਕੋਈ ਨਹੀਂ ਆਪਾਂ ਕਰ ਦਿੰਨੇ ਆ ਗਾਣੇ ਦੀ ਪੂਰੀ ਡਾਇਰੀ ਹੋਣੀ ਤੁਹਾਡੇ ਕੋਲ ਇਹ ਗਾਣਾ ਕਿਉਂ ਤੁਸੀਂ ਚੂਸ ਕੀਤਾ ਬੀ ਪੋਜ਼ਿਟਿਵ ਕਿਵੇਂ ਮੰਦੇ ਵਿੱਚ ਖਿਆਲ ਆਇਆ ਕਿ ਇਹੀ ਗੀਤ ਕਰਨਾ ਚਾਰੇ ਜਣੇ ਬੈਠੇ ਸੀ ਤੇ ਮੈਂ ਕਿਹਾ ਯਾਰ ਇੱਕ ਮੈਂ ਵੀ ਗਾ ਕੇ ਦੇਖਾਂ ਤੇ ਉਹ ਕਹਿੰਦੇ ਹਾਂ ਇਹਦੇ ਤੇ ਟਿਊਨ ਬਸ ਅਵਤਾਰ ਭੁੱਲਰ ਜੋ ਇਸ ਗੀਤ ਦੇ ਡਾਇਰੈਕਟਰ ਨੇ ਉਹਨਾਂ ਨੇ ਹਣੀ ਸਿੰਘ ਦੇ ਗੀਤਾਂ ਨੂੰ ਵੀ ਡਾਇਰੈਕਟ ਕੀਤਾ ਹੈ। ਆ ਜੋ ਜੋ ਹਣੀ ਸਿੰਘ ਉਹਨਾਂ ਦੇ ਵੀਡੀਓਜ਼ ਮੈਂ तकरीबन 2009-10 ਦੇ ਵਿੱਚ ਕੀਤੇ ਸੀਗੇ ਤੇ ਉਸ ਤੋਂ ਬਾਅਦ ਮੇਰਾ ਲੰਬਾ ਸਫ਼ਰ ਜਿਹੜਾ ਉਹ ਚੈਨਲ ਆਈ ਦੇ ਜੋ ਮਤਲਬ ਟੀਵੀ ਸ਼ੋਜ਼ ਦਾ ਗਿਆ तकरीबन 16-17 ਸ਼ੋਅ ਜਿਹੜੇ ਮਤਲਬ ਅਲੱਗ-ਅਲੱਗ ਚੈਨਲਸ ਉੱਪਰ ਮੇਰੇ ਟੈਲੀਕਾਸਟ ਹੋਏ ਆ। ਇਹ ਟੀਮ ਦੀ ਯਾਰੀ ਕਿਵੇਂ ਆ? ਇਹ ਟੁੱਟਦੀ ਤਾਂ ਨਹੀਂ? ਨਹੀਂ ਨਹੀਂ। ਮੇਰੇ ਤੋਂ ਬਹੁਤ ਬੰਦੇ ਟੁੱਟੇ ਆ। ਬਹੁਤ ਬੰਦੇ ਤੁਸੀਂ ਮੈਂ ਤੁਹਾਨੂੰ ਨਿੱਜੀ ਤੌਰ ਤੇ ਵੀ ਦੇਖਿਆ ਕਈ ਵਾਰ ਪਰ ਅਵਤਾਰ ਐਸਾ ਬੰਦਾ ਹੈ ਜਿਹੜਾ ਤੁਹਾਡੇ ਨਾਲ ਖੜਾ ਹੈ। ਇਹ ਯਾਰ ਲੈਂਦਾ ਉਹ ਜਰੀਨ। ਅੰਦਰ ਸਰਤਾਜ ਨਾਲ ਪਹਿਲੀ ਮੁਲਾਕਾਤ ਕਿਵੇਂ ਹੋਈ ਸੀ ਤੁਹਾਡੀ? ਮੈਂ ਸੁਣਿਆ ਪਹਿਲਾ ਗੀਤ ਉਹਨਾਂ ਨੇ ਤੁਹਾਡਾ ਗਾਇਆ ਸੀ। ਕਿਆ ਯਾਰ ਆ ਇੱਕ ਗਾਣਾ ਜੇ ਚ ਪਾਲਾ ਮਿੱਤਰਾ ਉੱਥੇ ਜਾ ਕੇ ਕੰਪੋਜ਼ ਆਪ ਹੀ ਕਰੀ। ਉਹ ਆਪ ਹੀ ਕੀਤਾ ਉਹਨਾਂ ਨੇ। ਹਾਂ। ਤੇ ਉਹ ਜ਼ਿੰਦਗੀ ਚ ਕਿੱਡਾ بڑا ਕਹਿਰ ਹੋ ਗਿਆ ਸੱਜਣ ਬਣਾਉਣ ਵਾਲਾ ਗਾਇਰ ਹੋ ਗਿਆ। ਅਵਤਾਰ ਜੀ ਤੁਹਾਡੀ ਇੱਕ ਮੈਂ ਤਸਵੀਰ ਦੇਖੀ ਗੁਰਦਾਸ ਮਾਨ ਸਾਹਿਬ ਦੇ ਨਾਲ। ਉਹ ਮੁਲਾਕਾਤ ਕਿਵੇਂ ਸੀ? ਉਹ ਕਿਵੇਂ ਹੋਈ ਉਹ ਮੁਲਾਕਾਤ? ਉਹਨਾਂ ਦਾ ਬਿਹੇਵੀਅਰ ਕਿਵੇਂ ਦਾ ਰਿਹਾ? ਬੜੀ ਘੁੱਟ ਕੇ ਜੱਫੀ ਪਾਈ ਹੋਈ ਸੀ ਤੁੰਗ। ਉਸ ਤੋਂ ਬਾਅਦ ਕਹਿੰਦੇ ਵੀ ਅਵਤਾਰ ਦਾਸ ਕਿਹੜੀ ਪੀਏਗਾ? ਅੱਛਾ। ਮੈਂ ਕਿਹਾ ਜੀ ਮੈਂ ਤਾਂ ਪੀਂਦਾ ਨਹੀਂ। ਉਹ ਕਹਿੰਦੇ ਯਾਰ ਮੈਂ ਚਾਹ ਦੀ ਗੱਲ ਕਰ ਰਿਹਾ। ਕਿ ਜੇ ਹੱਥੀ ਬੂਟਾ ਲਾਵੇਂਗਾ ਜੇ ਹੱਥੀ ਪਾਣੀ ਪਾਵੇਂਗਾ ਜੇ ਹੱਥੀ ਬੂਟਾ ਲਾਵੇਂਗਾ ਜੇ ਹੱਥੀ ਪਾਣੀ ਪਾਵੇਂਗਾ ਤੇਰੀ ਮੁਠੀ ਦੇ ਵਿੱਚ ਚਾਰੇ ਪੱਤੇ ਹੋਵਣਗੇ ਓਏ ਹਿੰਮਤ ਤੇ ਰੱਖ ਯਾਰ ਕਿ ਸੁਪਨੇ ਸੱਚੇ ਹੋਣਗੇ ਹਿੰਮਤ ਤੇ ਰੱਖ ਯਾਰ ਕਿ ਸੁਪਨੇ ਸੱਚੇ ਹੋਣਗੇ ਤਗਾਮਾ ਜੀ ਤੁਹਾਨੂੰ ਰਾਸ਼ਟਰਪਤੀ ਅਵਾਰਡ ਮਿਲਿਆ ਉਸ ਉਸ ਦੇ ਬਾਰੇ ਜ਼ਿਕਰ ਤੁਸੀਂ ਇੱਕ ਵਾਰੀ ਪੋਸਟ 'ਚ ਨਾ ਜ਼ਿਕਰ ਕੀਤਾ ਸੀ ਕਿ ਤੁਹਾਨੂੰ ਹਿੰਦੀ ਦੇ ਵਿੱਚ ਟ੍ਰੇਨਿੰਗ ਦਿੱਤੀ ਗਈ ਸੀ ਉੱਥੇ ਤੁਸੀਂ ਪੰਜਾਬੀ ਦਾ ਝੰਡਾ ਗੱਡਿਆ ਪੰਜਾਬੀ ਦਾ ਮਾਣ ਵਧਾਇਆ ਹਨਾ ਰਾਸ਼ਟਰਪਤੀ ਅੱਗੇ ਕੀ ਮੁਲਾਕਾਤ ਹੋਈ ਜਦੋਂ ਤੁਸੀਂ ਪੰਜਾਬੀ 'ਚ ਸ਼ਬਦ ਬੋਲੇ ਤਾਂ ਅੱਗੇ ਉਹਨਾਂ ਦਾ ਕੀ ਰਿਸਪੌਂਸ ਸੀ ਕਿਉਂਕਿ ਅਕਸਰ ਜਦੋਂ ਵੱਡੇ ਵੱਡੇ ਤਖਤਿਆਂ ਤੇ ਬੰਦੇ ਪਹੁੰਚ ਜਾਂਦੇ ਨੇ ਤਾਂ ਭੁੱਲ ਜਾਂਦੇ ਆਂ ਕਈ ਵਾਰ ਜਿਵੇਂ ਸਿਖਾ ਦਿੱਤਾ ਓਵੇਂ ਬੋਲ ਦਿੰਦੇ ਆ ਪਰ ਤੁਸੀਂ ਆਪਣੀ ਪੰਜਾਬੀ ਭਾਸ਼ਾ ਨਹੀਂ ਛੱਡੀ ਹੋਣ ਇੱਥੇ ਆ ਕੇ ਤੁਸੀਂ ਤੁਹਾਡੇ ਬਾਰੇ ਬੋਲਿਆ ਜਾਊਗਾ ਤੁਸੀਂ ਖੜੋ ਹੋਗੇ ਫਿਰ ਇੱਥੇ ਆ ਕੇ ਤੁਸੀਂ ਗੁੱਡ ਇਵਨਿੰਗ ਬੋਲਣਾ ਨਮਸਕਾਰ ਬੋਲਣਾ ਗੁੱਡ ਇਵਨਿੰਗ ਜ਼ਿਆਦਾ ਸਿਕਾਉਂਦੇ ਵੀ ਤੁਸੀਂ ਕਿਉਂਕਿ ਆਫਟਰਨੂਨ ਹੁੰਦਾ ਪ੍ਰੋਗਰਾਮ ਤਾਂ ਮੈਂ ਜਾ ਕੇ ਮੈਂ ਸਸੀ ਗੱਲ ਜੀ ਹਾਂ ਉਹ ਵੀ ਹੁਣ ਸਾਡੇ ਪਿੱਛੇ ਅਫਸਰ ਬੈਠੇ ਹੁੰਦੇ ਨੇ ਨੈਚੁਰਲੀ ਉਹ ਪ੍ਰੋਟੋਕਾਲ ਦੀ ਉਲੰਘਣਾ ਹੁੰਦੀ ਹੈ ਮੈਂ ਕਿਹਾ ਸਸੀ ਗੱਲ ਜੀ ਉਹਨਾਂ ਵੀ ਉਹ ਜਵਾਬ ਦਿੱਤਾ ਸਸੀ ਗੱਲ ਉਹ ਕੁਰਸੀ ਤੇ ਬਿਲਕੁਲ ਨਾਲ ਸੀ ਰਾਸ਼ਟਰਪਤੀ ਸਾਹਿਬ ਦੇ ਮੈਂ ਉੱਥੇ ਜਾ ਕੇ ਫੇਰ ਪੁੱਛ ਲਿਆ ਮਾਈ ਸਾਰ ਸਿਹਤ ਠੀਕ ਰਹਿੰਦੀ ਆ ਉਹ ਮੈਨੂੰ ਨਾਲ ਜਤਿੰਦਰ ਸਿੰਘ ਸੀਗੇ ਮਿਨਿਸਟਰ ਹੋ ਸਨ ਕਲਚਰਲ ਡਿਪਾਰਟਮੈਂਟ ਦੇ ਉਹ ਕਹਿੰਦੇ ਨਹੀਂ ਪੁੱਛਣਾ ਮੈਂ ਕਿ ਕੋਈ ਗੱਲ ਨਹੀਂ ਸਿਹਤ ਪੁੱਛ ਰਿਹਾ ਇਹਨੇ ਹਾਂ ਬੇਟਾ ਠੀਕ ਆ ਹਾਂ ਅੱਛਾ ਤਾਂ ਜੋ ਸਤਿੰਦਰ ਸਰਤਾਜ ਹੋਰਾਂ ਦਾ ਗੀਤ ਜਿਹੜਾ ਜ਼ਿੰਦਗੀ ਚ ਕਿੱਡਾ ਵੱਡਾ ਕਹਿਰ ਹੋ ਗਿਆ ਸੱਜਣ ਬਣਾਉਣ ਵਾਲਾ ਕਹਿਰ ਹੋ ਗਿਆ ਔਰ ਕੁਲਵਿੰਦਰ ਬਿੱਲੇ ਦੇ ਦੋ ਗੀਤ ਆ ਮੇਰੇ ਉਹ ਨਖਟਲਾ ਯਾਰੀਆਂ ਲਾਲਾ ਨੇ ਮਿੱਤਰਾਂ ਦੀ ਕੋਈ ਵੀ ਨਹੀਂ ਇਹ ਯੂਥ ਨੇ ਬੜਾ ਪਸੰਦ ਕੀਤਾ ਸੀ ਔਰ ਇੱਕ ਗਾਣਾ ਹੋਰ ਸੀ ਜਿਹੜਾ ਰੋਮਾਂਟਿਕ ਸੀਗਾ ਬਹੁਤ ਫੀਲ ਚ ਗਿਆ ਬਿੱਲੇ ਨੇ ਨੂੰ ਬਹੁਤ ਪਸੰਦ ਲੱਗਦਾ ਜਦੋਂ ਉਹਦੇ ਬੋਲ ਆਉਂਦੇ ਨੇ ਨਾ ਤੈਨੂੰ ਪਾਉਣ ਤੋਂ ਪਹਿਲਾਂ ਹੀ ਬੜਾ ਦਿਲ ਡਰਦਾ ਸੀ ਤੈਨੂੰ ਪਾ ਕੇ ਵੀ ਦਿਲ ਡਰਦਾ ਕਿਤੇ ਖੋ ਨਾ ਬੈਠਾਂ ਇਹ ਗਾਣਾ ਮੇਰਾ ਸੀ ਐਮੀ ਵਿਰਕ ਨੇ ਦੋ ਗਾਣੇ ਗਾਏ ਮੇਰੇ ਮਿਸ ਪੂਜਾ ਹੋਰਾਂ ਔਰ ਧਰਵੀਰ ਥਾਂ ਦੀ ਹੋਰਾਂ ਦਾ ਇੱਕ 2009 ਚ ਕਲਿੱਕ ਹੋਇਆ ਸੀ ਗਾਣਾ ਟਾਈਟਲ ਸੌਂ ਸੀ ਤੇਰੀ ਮੇਰੀ ਮੇਰੀ ਤੇਰੀ ਹੌ ਟੁੱਟ ਗਈ ਨਹੀਂ ਟੁੱਟਦਾ ਕਰ ਵਟੇ ਵੱਡੇ ਕਲਾਕਾਰ ਤੁਸੀਂ ਅਕਸਰ ਸਕਰੀਨ ਤੇ ਦੇਖੇ ਨੇ ਪਰ ਉਹਨਾਂ ਦੇ ਪਿੱਛੇ ਜਿਹੜੀ ਕਲਾਕਾਰੀ ਉਹਨਾਂ ਚ ਬੋਲਦੀ ਹੈ ਯਾਨੀ ਕਿ ਗਾਣੇ ਜਿਹੜੇ ਉਹਨਾਂ ਚ ਬੋਲਦੇ ਨੇ ਉਹ ਵੀ ਇੱਕ ਕਲਾਕਾਰ ਹੁੰਦੇ ਨੇ ਪਰ ਕਈ ਵਾਰ ਉਹ ਅੱਗੇ ਨਹੀਂ ਆਉਂਦੇ ਪਰ ਇੱਕ ਅਜਿਹੀ ਸ਼ੁਰੂਆਤ ਗਾਮਾ ਸਿੱਧੂ ਦੇ ਵੱਲੋਂ ਕੀਤੀ ਗਈ ਜਿਨ੍ਹਾਂ ਦੇ ਵੱਲੋਂ ਸਤਿੰਦਰ ਸਰਤਾਜ ਹੋਵੇ ਅਮੀ ਵਰਕ ਹੋਵੇ ਕੁਲਵਿੰਦਰ ਬਿੱਲਾ ਹੋਵੇ ਜਾਂ ਫਿਰ ਮਿਸ ਪੂਜਾ ਹੋਵੇ ਜਿਨ੍ਹਾਂ ਦੇ ਦੌਰ ਦੇ ਵਿੱਚ ਇੱਕ ਮੰਨਿਆ ਜਾਂਦਾ ਸੀ ਕਿ ਬਸ ਇਹੀ ਕਲਾਕਾਰ ਨੇ ਜੋ ਪੰਜਾਬੀ ਇੰਡਸਟਰੀ 'ਚ ਛਾਏ ਹੋਏ ਨੇ ਪਰ ਉਹਨਾਂ ਦੇ ਗੀਤ ਲਿਖੇ ਨੇ ਪਰ ਹੁਣ ਆਪ ਅੱਗੇ ਆਏ ਨੇ ਔਰ ਹੋਰ ਵੀ ਮਕਾਮ ਉਹਨਾਂ ਨੇ ਬਹੁਤ ਜ਼ਿੰਦਗੀ ਦੇ ਵਿੱਚ ਹਾਸਲ ਕੀਤੇ ਨੇ ਤਾਂ ਉਹਨਾਂ ਦੇ ਨਾਲ ਡਾਇਰੈਕਟਰ ਅਵਤਾਰ ਪੁੱਲਰ ਵੀ ਅੱਜ ਸਟੂਡੀਓ 'ਚ ਮੌਜੂਦ ਨੇ ਇੱਕ ਗੀਤ ਲੈ ਕੇ ਆ ਰਹੇ ਨੇ ਔਰ ਇਸ ਗੀਤ ਦੇ ਵਿੱਚ ਜਾਨ ਐਸੀ ਪਾਈ ਹੈ ਕਿ ਇਹ ਸੁਣ ਕੇ ਗੀਤ ਤੁਹਾਨੂੰ ਲੱਗੇਗਾ ਕਿ ਹਾਂ ਜ਼ਿੰਦਗੀ ਦੇ ਵਿੱਚ ਕੁਝ ਵੀ ਔਖਾ ਨਹੀਂ ਹੁੰਦਾ ਸਾਰੀਆਂ ਚਰਚਾਵਾਂ ਕਰਾਂਗੇ ਗੱਲਬਾਤਾਂ ਕਰਾਂਗੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ ਸਭ ਤੋਂ ਪਹਿਲਾਂ ਵੀ ਪੋਜ਼ਿਟਿਵ ਟੀਮ ਦਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਨੇ ਵੀ ਪ੍ਰੋ ਪੰਜਾਬ ਦੇਖ ਰਹੇ ਹੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਔਰ ਵੀ ਪੋਜ਼ਿਟਿਵ ਹੀ ਰਹਿਣਾ ਜੀ ਸਤਿ ਸ਼੍ਰੀ ਅਕਾਲ ਗਾਇਕੀ ਵੱਲ ਕਿਵੇਂ ਆਏ ਗੀਤਕਾਰ ਤਾਂ ਤੁਸੀਂ ਬਹੁਤ ਸਾਰੇ ਗਾਣੇ ਲਿਖੇ ਤਾਂ ਸੁਤਿੰਦਰ ਸਰਤਾਜ ਹੋਵੇ ਹਨਾ ਉਹਨਾਂ ਨੇ ਜੇਕਰ ਗੀਤ ਗਾਇਆ ਤਾਂ ਸਿਰਫ ਥੋੜਾ ਗਾਇਆ ਪਰ ਤੁਸੀਂ ਹੁਣ ਕਿਉਂ ਇੱਕਦਮ ਚੁੱਕਿਆ ਗਾਇਕੀ ਨੂੰ ਕਿਉਂ ਹੁਣ ਤੁਸੀਂ ਚੂਸ ਕਰ ਲਿਆ ਮੈਂ ਕੁਝ ਵੀ ਕਰਕੇ ਦੇਖ ਲਈਏ ਕਿਉਂਕਿ ਜ਼ਿੰਦਗੀ ਦੇ ਬਹੁਤ ਸਾਰੇ ਪੜਾਅ ਆਉਂਦੇ ਨੇ ਜ਼ਿੰਦਗੀ ਹਨ ਤੇ ਕਰਕੇ ਦੇਖ ਲੈਣਾ ਚਾਹੀਦਾ ਹਨਾ ਹਰ ਇੱਕ ਨੂੰ ਸਾਡੇ ਬਹੁਤ ਸਾਰੇ ਗੀਤਕਾਰ ਭਰਾ ਹਨਾ ਸਾਡੇ ਸੀਨੀਅਰ ਰਾਜ ਬਰਾੜ ਸਾਹਿਬ ਦੇਵੀ ਮਖਸੂਸਪਰੀ ਸਾਹਿਬ ਹਨਾ ਜਿਨ੍ਹਾਂ ਨੂੰ ਮੈਂ ਆਦਰਸ਼ ਮੰਨਦਾ ਹਨਾ ਤਾਂ ਬਹੁਤ ਸਾਰੇ ਸਾਡੇ ਗੀਤਕਾਰ ਵਿੱਕੀ ਢਾਲੀਵਾਲ ਹੁਣ ਨਵਾਂ ਸਾਡਾ ਵੀਰਾ ਛੋਟਾ ਵੀਰ ਆ ਸਾਡਾ ਉਹ ਆ ਗਿਆ ਨਾ ਬਹੁਤ ਸਾਡੇ ਗੀਤ ਗੀਤਕਾਰ ਨੇ ਸਾਡੇ ਜਿਹੜੇ ਉਹ ਆਏ ਇਸ ਲਾਈਨ 'ਚ ਹਾਲਾਂਕਿ ਸਿੱਧੂ ਮੂਸੇਵਾਲਾ ਸਾਹਿਬ ਇਦਾਂ ਦੇ ਬਹੁਤ ਸਾਰੇ ਜਿਹੜੇ ਗਾਇਕ ਨੇ ਉਹ ਨਾਲ ਦੀ ਨਾਲ ਅੱਜ ਕੱਲ ਰਾਈਟਰ ਵੀ ਨੇ ਨਾ ਤਾਂ ਮੈਂ ਕਿਹਾ ਆਪਾਂ ਵੀ ਹੱਥ ਜਮਾ ਕੇ ਦੇਖ ਲਈਏ ਕਮਰਸ਼ੀਅਲੀ ਆ ਕੇ ਦੇਖੀਏ ਅਵਤਾਰ ਨਾਲ ਸਲਾਹ ਕੀਤੀ ਕਹਿੰਦਾ ਆਜੋ ਭਾਜੀ ਫਿਰ ਹੱਲਾਸ਼ੇਰੀ ਵਾਲੇ ਦੇਣ ਵਾਲੇ ਨਾਲ ਹੁਣ ਕਈ ਵਾਰੀ ਅਗਰ ਨਾਮ ਇਦਾਂ ਨਹੀਂ ਹੁੰਦਾ ਕਿ ਯਾਰ ਅਸੀਂ ਸਕਰੀਨ ਤੇ ਨਹੀਂ ਆ ਰਹੇ ਯਾਰ ਗਾਣੇ ਦਿੱਤੀ ਜਾਂਦੇ ਆ ਉਹ ਕੰਮ ਨਹੀਂ ਚੱਲ ਰਿਹਾ ਆਪ ਆਉਣਾ ਪੈਣਾ ਅੱਗੇ ਇਦਾਂ ਵੀ ਮਨ ਦੇ ਵਿੱਚ ਖਿਆਲ ਆਉਂਦਾ ਨੀ ਸਕਰੀਨ ਤੇ ਤਾਂ ਤੁਹਾਨੂੰ ਪਤਾ ਹੀ ਦੇਸੀ ਪੰਜਾਬ ਸਾਡਾ ਡਾਇਰੈਕਟਰ ਮੇਰੇ ਨਾਲ ਬਿਠਾ ਉਤਾਰ ਸਾਢੇ 5 ਸਾਲ ਚੱਲਿਆ ਲਗਾਤਾਰ ਸਾਢੇ 5 ਸਾਲ ਦਾ ਉਹ ਭੁੱਖ ਨਹੀਂ ਕੋਈ ਹੈਗੀ ਸੀ ਪਰ ਐਂ ਲੱਗਦਾ ਸੀ ਕਿ ਮੈਨੂੰ ਵੀ ਕੁਝ ਕਰਨਾ ਚਾਹੀਦਾ ਹਨਾ ਚਾਹੀਦਾ ਹਾਲਾਂਕਿ ਛੋਟੇ ਛੋਟੇ ਗਾਣੇ ਪਹਿਲਾਂ ਦਿੱਤੇ ਹਨਾ ਪਰ ਕਮਰਸ਼ੀਅਲੀ ਜਿਹੜਾ ਗਾਣਾ ਪਹਿਲੀ ਵਾਰ ਅਸੀਂ ਲੈ ਕੇ ਆਏ ਆ ਔਰ ਉਮੀਦ ਹੈ ਕਿ ਪਸੰਦ ਆਊਗਾ سپورਟ ਕਿੰਨੀ ਕੁ ਰਹਿੰਦੀ ਹੈ ਜਿਨ੍ਹਾਂ ਗੀਤ ਜਿਨ੍ਹਾਂ ਗਾਇਕਾਂ ਨੂੰ ਤੁਸੀਂ ਗਾਣੇ ਦਿੱਤੇ ਹੁਣ ਤੁਸੀਂ ਆਪ ਅੱਗੇ ਆਏ ਹੋ ਉਹਨਾਂ ਦੀ سپورਟ ਕਿੰਨੀ ਕੁ ਹੈ ਵੱਡੇ ਵੱਡੇ ਕਲਾਕਾਰ ਨੇ ਉਹ ਕਿਸੇ ਨਾਮ ਦੇ ਮਹਤਾਜ ਨਹੀਂ ਸਿੱਧਾ ਸਕਰੀਨ ਉਹਨਾਂ ਨੂੰ ਦੇਖ ਲਈਏ ਤਾਂ ਪਤਾ ਲੱਗ ਜਾਂਦਾ ਕਿਹੜੇ ਉਹਨਾਂ ਦੀ سپورਟ ਹੈ ਤੁਹਾਨੂੰ ਨਹੀਂ ਮੈਨੂੰ ਮੇਰੇ ਕਿਸੇ ਗਾਇਕ ਨਾਲ ਕਦੀ ਕੋਈ ਵਿਗੜੀ ਨਹੀਂ ਹਾਂ ਜੇ ਤੁਸੀਂ ਉਧਰਲੇ ਪਾਸੇ ਆਉਣੇ ਤੰਗ ਨਹੀਂ ਮੈਂ ਵਿਗਾੜੀ ਜੇ ਵਿਗੜਦੀ ਵੀ ਤਾਂ ਸੇ ਅੰਦਰ ਖਾਤੇ ਵਿਗਾੜ ਕੇ ਫੋਨ ਤੇ 5-10 ਮਿੰਟ ਦੀ ਲੜਾਈ ਹੁੰਦੀ ਸੈੱਟ ਹੋ ਜਾਂਦੀ ਕੋਈ ਪ੍ਰੋਬਲਮ ਨਹੀਂ ਨਾ ਹੀ ਕਿਸੇ ਨਾਲ ਵਿਗੜੀ ਹੈ ਨਾ ਨਾ ਕਦੀ ਗਾਣੇ ਦਾ ਕੋਈ ਰੌਲਾ ਪਿਆ ਕੁਝ ਵੀ ਨਹੀਂ ਅਦਰਵਾਈਜ਼ ਤੇ سپورਟ ਉਹ ਭਰਾ ਨੇ ਮੇਰੇ ਨਾਲ ਖੜਨਗੇ ਹੈਨਾ ਜੇ ਮੈਂ ਉਹਨਾਂ ਦੇ ਨਾਲ ਖੜਿਆ ਜਿੰਨੇ ਕੁ ਜੋਗਾ ਸੀਗਾ ਤਾਂ ਉਹ ਵੀ ਖੜਨਗੇ ਮੈਨੂੰ ਉਮੀਦ ਗਾਣਿਆਂ ਦੀ ਗਾਣੇ ਦੀ ਪੂਰੀ ਡਾਇਰੀ ਹੋਣੀ ਤੁਹਾਡੇ ਕੋਲ ਇਹ ਗਾਣਾ ਕਿਉਂ ਤੁਸੀਂ ਚੂਸ ਕੀਤਾ ਬੀ ਪੋਜ਼ਿਟਿਵ ਕਿਵੇਂ ਮਨ ਦੇ ਵਿੱਚ ਖਿਆਲ ਆਇਆ ਕਿ ਇਹੀ ਗੀਤ ਕਰਨਾ ਵਾ ਕਿਉਂਕਿ ਗੀਤ ਕਮਰਸ਼ੀਅਲ ਕਰਨਾ ਹੋਵੇ ਤਾਂ ਬੰਦਾ ਬਹੁਤ ਸੋਚ ਕੇ ਕਰਦਾ ਹੈ ਕਿ ਇਹਨੇ ਛਾਂਟਾ ਬਹੁਤ ਕਰਦਾ ਹੈ ਕਿ ਯਾਰ ਆ ਨਹੀਂ ਆ ਗੀਤ ਕਰੀਏ ਕਿਵੇਂ ਪਹਿਲਾ ਖਿਆਲ ਸੀ ਕਿ ਆਹੀ ਗੀਤ ਕਰਨਾ ਅ ਖਿਆਲ ਇਸ ਤਰ੍ਹਾਂ ਸਟੂਡੀਓ ਸੀਗੇ ਵਾਈਸ ਸਟੂਡੀਓ ਥੇ ਗਿਆ ਮੁਹਾਲੀ ਦੇ ਵਿੱਚ ਤਾਂ ਉੱਥੇ ਬੈਠੇ ਸੀ ਕੁਲਵਿੰਦਰ ਗਿੱਲ ਸਾਡਾ ਭਰਾ ਉਹ ਮੈਂ ਅਵਤਾਰ ਔਰ ਸਾਜਨ ਜਿਹੜਾ ਐਸਪੀ 뮤ਜ਼ਿਕ ਜਿਹਨੇ ਕੀਤਾ ਨਾ ਚਾਰੇ ਜਣੇ ਬੈਠੇ ਸੀ ਤੇ ਮੈਂ ਕਿਹਾ ਯਾਰ ਇੱਕ ਮੈਂ ਵੀ ਗਾ ਕੇ ਦੇਖਾਂ ਤੇ ਉਹ ਕਹਿੰਦੇ ਹਾਂ ਇਹਦੇ ਤੇਰੀ ਟਿਊਨ ਬਸ ਯਾਦ ਤਾਂ ਮੈਨੂੰ ਤਾਂ ਰੱਟੇ ਲੱਗੇ ਹੋਣੇ ਆਪਣੇ ਗਾਣਿਆਂ ਦੇ ਕੋਈ ਸੋਚ ਕੇ ਨਹੀਂ ਬਣਾਇਆ ਵੀ ਇਹ ਗਾਣਾ ਬਣੇ ਅਚਾਨਕ ਬੈਠੇ ਹੀ ਇਹ ਮਾਹੌਲ ਬਣਿਆ ਤੇ ਜਿਸ ਤਰ੍ਹਾਂ ਉਹ ਮਤਲਬ ਰਿਕਾਰਡ ਕੀਤਾ ਤੋਂ ਸੁਣਨ ਦੇ ਵਿੱਚ ਅੱਛਾ ਲੱਗਿਆ ਤੋਂ ਸਾਰੇ ਸੱਜਣਾ ਦਾ ਮਤਲਬ ਇੱਕ ਖਿਆਲ ਆਇਆ ਕਿ ਇਹਨੂੰ ਕਰਨਾ ਚਾਹੀਦਾ ਹੈ ਇਹਨੂੰ ਰਿਕਾਰਡਿੰਗ ਤੱਕ ਸੀਮਤ ਨਾ ਰਹੇ ਇਹਨਾਂ ਨੂੰ ਦਰਸ਼ਕਾਂ ਤੱਕ ਮੈਂ ਨਾ ਮੈਂ ਵੀਡੀਓ ਵੀ ਦੇਖ ਰਹੀ ਸੀ ਮੈਂ ਦਰਸ਼ਕਾਂ ਨੂੰ ਦੱਸ ਦਵਾਂ ਡਾਇਰੈਕਟਰ ਅਵਤਾਰ ਪੁੱਲਰ ਜੋ ਇਸ ਗੀਤ ਦੇ ਡਾਇਰੈਕਟਰ ਨੇ ਉਹਨਾਂ ਨੇ ਹਣੀ ਸਿੰਘ ਦੇ ਗੀਤਾਂ ਨੂੰ ਵੀ ਡਾਇਰੈਕਟ ਕੀਤਾ ਹੈ ਤਾਂ ਇਸ ਗੀਤ ਨੂੰ ਜਦੋਂ ਮੈਂ ਦੇਖ ਰਿਹਾ ਸੀ ਤਾਂ ਉਹ ਝਲਕ ਜਿਹੜੀ ਲੱਗ ਰਹੀ ਸੀ ਕਿ ਹਾਂ ਇਹ ਪ੍ਰੋਫੈਸ਼ਨਲੀ ਜਿਹੜਾ ਡਾਇਰੈਕਟ ਕੀਤਾ ਗਿਆ ਹੈ ਅਵਤਾਰ ਜੀ ਕਿਵੇਂ ਖਿਆਲ ਆਉਂਦਾ ਉਹਨਾਂ ਨੇ ਹਣੀ ਸਿੰਘ ਦੇ ਗੀਤ ਨੂੰ ਤੁਸੀਂ ਡਾਇਰੈਕਟ ਕੀਤਾ ਹਨਾ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਜਨੂਨ ਇਹ ਹੌਸਲਾ ਕਿਵੇਂ ਰਹਿੰਦਾ ਲਗਾਤਾਰ ਕਰੀ ਜਾਣਾ ਕਰੀ ਜਾਣਾ ਜੀ ਜੀ ਜੋ ਜੋ ਹਣੀ ਸਿੰਘ ਉਹਨਾਂ ਦੇ ਵੀਡੀਓਜ਼ ਮੈਂ तकरीबन 2009-10 ਦੇ ਵਿੱਚ ਕੀਤੇ ਸੀਗੇ ਤੇ ਉਸ ਤੋਂ ਬਾਅਦ ਮੇਰਾ ਲੰਬਾ ਸਫਰ ਜਿਹੜਾ ਉਹ ਚੈਨਲ ਲਾਈਨ ਦੇ ਜੋ ਮਤਲਬ ਟੀਵੀ ਸ਼ੋਜ਼ ਦਾ ਗਿਆ तकरीबन 16 17 ਸ਼ੋਅ ਜਿਹੜੇ ਮਤਲਬ ਅਲੱਗ-ਅਲੱਗ ਚੈਨਲਸ ਦੇ ਉੱਪਰ ਮੇਰੇ ਟੈਲੀਕਾਸਟ ਹੋਏ ਆ ਤੇ ਉਸ ਤੋਂ ਬਾਅਦ ਜਿਹੜੇ ਮੈਂ ਵਿੱਚ-ਵਿੱਚ ਸੌਂਗਸ ਕੀਤੇ ਮੈਂ ਸੌਂਗਸ ਘਟਾ ਕੀਤੇ ਆ ਕਿਉਂਕਿ ਮੈਨੂੰ ਥੋੜਾ ਜਿਆਦਾ ਸੌਂਗਸ ਦੇ ਰਿਗਾਰਡਿੰਗ ਹੁੰਦਾ ਕਿ ਮੈਂ ਥੋੜਾ ਜਿਹਾ ਚੂਜ਼ ਦੀਆਂ ਉਸ ਮਾਮਲੇ ਦੇ ਵਿੱਚ ਕਿ ਕੰਟੈਂਟ ਜੋ ਜਾਵੇ ਉਹ ਅੱਛਾ ਜਾਏ ਨਹੀਂ ਤਾਂ ਨਹੀਂ ਅਦਰਵਾਈਜ਼ ਮੈਂ ਕੁਆਲਿਟੀ ਵਾਈਜ਼ ਕੰਪਰਮਾਈਜ਼ ਕਦੇ ਵੀ ਨਹੀਂ ਕੀਤਾ ਤੇ ਇਹ ਸੌਂਗ ਵੀ ਜੋ ਕਹਿੰਦੇ ਬੋਲ ਨੇ ਉਹ ਸੌਂਗ ਨੂੰ ਤੁਸੀਂ ਜਦੋਂ ਸੁਣ ਤੋ ਦਿਲ ਨੂੰ ਛੁੰਦੇ ਆ ਤੇ ਜਿਹੜੀ ਵੀਡੀਓ ਵੀ ਸੀਗਾ ਮੈਨੂੰ ਥੋੜਾ ਜਿਹਾ ਚੈਲੰਜ ਲੱਗਿਆ ਕਿ ਇਸ ਵੀਡੀਓ ਨੂੰ ਉਸ ਮੁਕਾਮ ਤੱਕ ਲੈ ਕੇ ਜਾਵਾਂ ਕਿ ਵੀਡੀਓ ذریعے ਵੀ ਇੱਕ ਮੈਸੇਜ ਹੋਵੇ ਬਿਲਕੁਲ ਬੋਲ ਦੇ ذریعے ਹੈ ਔਰ ਵੀਡੀਓ ਵੀ ਜਿਹੜੀ ਹੈਗੀ ਉਹਨਾਂ ਹੀ ਮੈਸੇਜ ਛੱਡੇ ਉਹਨਾਂ ਹੀ ਸ਼ਾਪ ਛੱਡੇ ਲੋਕਾਂ ਦੇ ਚਿਹਰੇ ਦੇ ਉੱਤੇ ਸੋ ਮੈਂ ਕੋਸ਼ਿਸ਼ ਕੀਤੀ ਹੈ ਮੈਸੇਜ ਤਾਂ ਬਹੁਤ ਜ਼ਬਰਦਸਤ ਹੈ ਤੁਸੀਂ ਆਪ ਕਨਸੈਪਟ ਲਿਖਿਆ ਸਾਰਾ ਇਹ ਕਿ ਵਿੱਚ ਇਨਵੋਲਵਮੈਂਟ ਹੁੰਦੀ ਮਤਲਬ ਇਹ ਹੁੰਦਾ ਬੇਸਿਕਲੀ ਤਾਂ ਟੀਮ ਵਰਕ ਹੈ ਤੇ ਜੋ ਹੁੰਦਾ ਹੈ ਅਜੀ ਤੁਸੀਂ ਤੁਸੀਂ ਬਹੁਤ ਲੰਮੇ ਸਮੇਂ ਤੋਂ ਇਕੱਠੇ ਹੋ ਜਦੋਂ ਇੰਟਰਫਰੈਂਸ ਤੁਸੀਂ ਦਿੰਦੇ ਹੋ ਮੰਨਦੇ ਇਹ ਗੱਲ avatars ji ਕਿ ਉਹ ਦੋਨੋਂ ਹੀ ਮੰਨਦੇ। ਕੋਈ ਡਾਇਰੈਕਟ ਮੈਨੂੰ ਲੱਗਦਾ ਨਹੀਂ ਕਈ ਵਾਰੀ ਕਹਿੰਦਾ ਨਹੀਂ ਨਹੀਂ ਜੋ ਮੈਂ ਲੇਖਦਾ। ਇਹ ਨਹੀਂ ਕਰਦੇ ਬਹਿਸ ਕਰਦੇ ਆ ਇਹ ਨਹੀਂ ਵੀ ਉਹ ਕਿਉਂਕਿ ਬਹਿਸ ਵਿੱਚੋਂ ਕਈ ਵਾਰੀ ਕੋਈ ਚੰਗੀ ਚੀਜ਼ ਨਿਕਲ ਆਉਂਦੀ ਆ। ਇਹ ਜ਼ਰੂਰੀ ਹੈ ਕਿ ਬਹਿਸ ਹਾਰ ਕੇ ਹਾਰ ਜਾਂਦਾ ਹਨ ਵੀ ਮੰਨ ਲਓ ਜੀ। ਕਿਉਂਕਿ ਇਹ ਇਹ ਮੇਰੇ ਲਈ ਸਲਵ ਵਿੱਚ ਕੀ ਹੈ ਕਿ ਮੈਂ ਆਪਣੇ ਮਮੀ ਪਾਪਾ ਦਾ ਸਿੰਗਲ ਚਾਈਲਡ ਆ। ਹੂੰ ਤੇ ਹਮੇਸ਼ਾ ਜਿਹੜਾ ਸਿੰਗਲ ਚਾਈਲਡ ਹੁੰਦਾ ਉਹਨੂੰ ਭਰਾਵਾਂ ਦੀ ਕਮੀ ਹਮੇਸ਼ਾ ਖਲਦੀ ਰਹਿੰਦੀ ਆ। ਸਾਰੀ ਉਮਰ ਉਹਨੂੰ ਭੈਣ ਭਰਾਵਾਂ ਦੀ ਕਮੀ ਜਿਹੜੀ ਉਹ ਖਲਦੀ ਆ। ਸੋ ਮੇਰੇ ਲਈ ਵੱਡੇ ਭਰਾ ਬਣ ਕੇ ਮਤਲਬ ਇਹ ਰਤਬਾ ਮਤਲਬ ਇਹਨਾਂ ਨੇ ਬਣਕਾ ਉਮਰ ਉਮਰ ਕਿੰਨੀ ਸੀ ਜਦੋਂ ਤੁਸੀਂ ਉਹ ਪਹਿਲਾ ਗੀਤ ਤੁਸੀਂ ਡਾਇਰੈਕਟ ਕੀਤਾ ਸੀ ਜਿਹੜਾ ਪਹਿਲਾ ਗੀਤ ਮੈਂ ਡਾਇਰੈਕਟ ਕੀਤਾ ਸੀ ਤਕਰੀਬਨ ਮੇਰੀ 15-16 ਸਾਲ ਦੀ ਉਮਰ ਸੀ ਅੱਛਾ ਉਹ ਹਣੀ ਸਿੰਘ ਦਾ ਸੀਗਾ ਕਿ ਨਹੀਂ ਕਿਹੜਾ ਨਹੀਂ ਨਹੀਂ ਉਹ ਹੋਰ ਸੀਗਾ Song ਅੱਛਾ ਸੋ ਉਸ ਟਾਈਮ ਦੇ ਉੱਪਰ ਵੀ ਉਹ Song ਅੱਛੇ ਚੈਨਲਸ ਦੇ ਉੱਪਰ ਸਭ ਦੇ ਪੰਜਾਬੀ ਚੈਨਲਸ ਦੇ ਉੱਪਰ ਚੱਲਿਆ ਸੀਗਾ ਔਰ ਅੱਛਾ Song ਸੀਗਾ ਕਾਲਜ ਬੇਸਡ Song ਸੀਗਾ ਲੇਕਿਨ ਉਹਦੇ ਜੋ ਸ਼ੂਟ ਸੀਗਾ ਮੈਂ ਮਾਦੋਪੁਰ ਕੀਤਾ ਸੀਗਾ ਜਿੱਥੇ ਹਿੰਦੀ ਫਿਲਮਾਂ ਦੀ ਕਾਫੀ ਸ਼ੂਟਿੰਗ ਹੋਈ ਮਾਦੋਪੁਰ ਬਹੁਤ ਫੇਮਸ ਜਗ੍ਹਾ ਹੈ ਉਹ 16-15 16 ਸਾਲ ਦਾ ਸੀਗਾ ਤੇ ਉਹ ਜਦੋਂ ਮੈਂ ਸ਼ੂਟ ਕਰ ਰਿਹਾ ਸੀਗਾ ਸ਼ੂਟ ਦੇ ਦਿਨਾਂ ਦੀ ਬੜੀ ਯਾਦ ਹੈ ਕਿ ਉਹ ਜਿਹੜੇ ਕ੍ਰਿਊ ਸੀ ਉਹ ਮੈਨੂੰ ਬੱਚੇ ਤਰ੍ਹਾਂ ਟ੍ਰੀਟ ਕਰ ਰਹੀ ਸੀ ਉੱਥੇ ਤੁਰ 15 16 16 ਸਾਲ ਦਾ ਬੱਚਾ ਜਿਹਾ ਹੀ ਹੁੰਦਾ ਇੱਕ ਹਨਾ ਅੱਛਾ ਜਦੋਂ ਹੁਣ ਹੁਣ ਉਮਰ ਨਹੀਂ ਆਈ ਪੁੱਛਦਾ ਜਾਂਦਾ ਵਧੀਆ ਕਿਉਂਕਿ ਜਦੋਂ 30 ਤੋਂ ਬੰਦਾ ਉੱਪਰ ਚਲਾ ਜਾਂਦਾ ਹੈ ਉਸ ਤੋਂ ਬਾਅਦ ਉਮਰ ਲਗਾਉਣੀ ਜੀ ਚੰਗੀ ਲੱਗਦੀ ਹੈ ਜਦੋਂ ਜਦੋਂ ਮੈਂ ਗੀਤ ਦੇਖ ਰਿਹਾ ਸੀ ਸ਼ੁਰੂ ਹੁੰਦਾ ਤਾਂ ਸੈਡ ਬਹੁਤ ਸੀਗਾ ਤਾਂ ਇੱਕੋ ਦਮ ਜਨੂੰਨ ਆ ਜਾਂਦਾ ਜਦੋਂ ਤੁਸੀਂ ਸਕਰੀਨ ਤੇ ਆਉਨੇ ਹੋ ਹਨਾ ਉਹ ਆਪਣੇ ਅੰਦਰ ਤੁਹਾਡੇ ਅੰਦਰ ਕਿਵੇਂ ਜਨੂੰਨ ਆਉਂਦਾ ਉਹ ਦੇਖ ਕੇ ਕਿ ਹਾਂ ਯਾਰ ਅਜਿਹਾ ਕਰਨਾ ਚਾਹੀਦਾ ਕਰਦੇ ਵੀ ਰਵਾਂਗੇ ਜਦੋਂ ਤੁਸੀਂ ਐਜੇ ਗਾਇਕਤਾ ਚਲੋ ਹੈਗੇ ਹਨ ਉਹ ਤੁਸੀਂ ਪਰਫਾਰਮ ਕਰ ਲਿਆ ਸਟੂਡੀਓ ਜੇ ਹੋ ਤਾਂ ਸਟੂਡੀਓ ਵਰਕ ਨੂੰ ਟਾਟਾ ਕੇ ਪਰ ਐਜੇ ਐਕਟਰ ਕਿਉਂਕਿ ਮੈਨੂੰ ਐਕਟਿੰਗ ਦਾ ਜਿੰਦਗੀ ਦੇ ਵਿੱਚ ਇਹੋ ਜਿਹਾ ਮੋੜ ਆਇਆ ਕਦੀ ਕੀ ਨਹੀਂ ਬਹੁਤ ਹੈ ਮੇਰੇ ਨਾਲ ਤਾਂ ਬਹੁਤ ਉਤਰਾ ਚੜਾਓ ਹਰ ਇੱਕ ਨਾਲ ਹੀ ਹੁੰਦੇ ਹੈ ਗਾਣੇ ਦੇ ਵਿੱਚ ਮੈਂ ਕਹਿੰਨਾ ਕਿ ਮੇਰੀ ਨਹੀਂ ਗੱਲ ਹੈਗੀ ਸਾਰਿਆਂ ਦੀ ਗੱਲ ਹੈ ਮੇਰੀ ਗੱਲ ਤਾਂ ਹੈਗੀ ਹੈਗੀ ਆ ਮੈਂ ਜੇ ਲਿਖਿਆ ਤਾਂ ਮੈਂ ਆਪਣੀ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਆਪਣੀ ਉਹਨੂੰ ਜਿਹਨ ਚ ਵਸਾਇਆ ਤਾਂ ਹਰ ਇੱਕ ਦੀ ਗੱਲ ਆ ਉਹ ਮੋਟੀਵੇਸ਼ਨਲ Song ਹੈ ਨਾ ਤਾਂ ਉਹ ਹਰੇਕ ਬੰਦਾ ਜ਼ਿੰਦਗੀ ਜੋ ਪੜਾ ਚ ਨਿਕਲਦਾ ਤੇ ਮੈਂ ਕਹਿੰਦਾ ਹਿੰਮਤ ਰੱਖਣੀ ਚਾਹੀਦੀ ਬੰਦੇ ਨੂੰ ਹਿੰਮਤ ਰੱਖੂਗਾ ਤਾਂ ਸੋਪਣੇ ਸੱਚ ਹੋਈ ਜਾਣੇ ਤੁਸੀਂ ਲਿਖਿਆ ਤੁਸੀਂ ਗਾਇਆ ਡਾਕਟਰ ਸਾਹਿਬ ਕੋਲੇ ਬੈਠੇ ਨੇ ਹੋਰ ਇਸ ਟੀਮ ਦੇ ਵਿੱਚ ਕੌਣ ਹੈ ਇਹ ਟੀਮ ਦੀ ਜਿਹੜੀ ਪ੍ਰੋਡਕਸ਼ਨ ਹੈ 뮤직 ਇਹਨੇ ਦਿੱਤਾ ਆ ਐਸ ਪੀ ਆ ਸਾਡਾ ਛੋਟਾ ਵੀਰ ਆ ਉਹਨੇ ਇਹਨੂੰ 뮤직 ਦਿੱਤਾ ਪੂਰਾ ਔਰ ਵਾਈ ਸਟੂਡੀਓਜ਼ ਨੇ ਰਿਕਾਰਡ ਕੀਤਾ ਸਤਿੰਦਰ ਸਾਡਾ ਖੇਲਾ ਛੋਟਾ ਵੀਰ ਸਾਡਾ ਰਿਸ਼ਤੇਦਾਰ ਵੀ ਹੈ ਉਹ ਪ੍ਰੋਡਿਊਸ ਕਰ ਰਿਹਾ ਹਣਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਪ੍ਰੋਡਿਊਸਰ ਦੀ ਕਿ ਪ੍ਰੋਡਿਊਸਰ ਸਾਰਾ ਦਾਖੇ ਡਰੇ ਹੁੰਦਾ ਤੁਹਾਡੇ ਤੇ ਹਣਾ ਤੁਸੀਂ ਤਾਂ ਖੇਡ ਹੀ ਨਾ ਆਪਣੀ ਜ਼ਿੰਦਗੀ ਦੇ ਉਹ ਪੜਾ ਨੂੰ ਪਰ ਉਹ ਖੇਲਾ ਪ੍ਰੋਡਕਸ਼ਨ ਦੇ ਵਿੱਚ ਗਾਣਾ ਕਿਉਂਕਿ ਕੈਨੇਡਾ 'ਚ ਵੀ ਹੈ ਖੇਲਾ ਪ੍ਰੋਡਕਸ਼ਨ ਔਰ ਇੱਥੇ ਪੰਜਾਬ 'ਚ ਵੀ ਹੈ ਔਰ ਖੇਲਾ ਪ੍ਰੋਡਕਸ਼ਨ ਚ ਸਤਵਿੰਦਰ ਸਿੰਘ ਨੂੰ ਰਿਲੀਜ਼ ਕਰ ਰਿਹਾ ਪੂਰੇ ਹੋਮ ਹੋਮਾਂਗੇ ਮੈਂ ਅਕਸਰ ਦੇਖਦਾ ਉਤਾਰ ਜੀ ਟੀਮਾਂ ਟੁੱਟ ਜਾਂਦੀਆਂ ਨੇ ਜੀ ਇਹ ਟੀਮ ਦੀ ਯਾਰੀ ਕਿਵੇਂ ਆ ਇਹ ਟੁੱਟਦੀ ਤਾਂ ਨਹੀਂ 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 ਦੇਖੋ ਜੇ ਅਸੀਂ ਮੇਰੇ ਖਣ 2011 ਦੇ ਜੁੜੇ ਹੋਏ ਹਾਂ ਤੇ ਅੱਜ ਅਗਰ 2023 ਦੇ ਵਿੱਚ ਵੀ ਇਕੱਠੇ ਬੈਠੇ ਆ ਤੇ ਕੋਈ ਮਨ ਮਿਟਾਵ ਅਜੇ ਤੱਕ ਨਹੀਂ ਹੋਇਆ ਕਦੇ ਮਤਲਬ ਸਾਡੇ ਚ ਨਹੀਂ ਹੋਇਆ ਤੇ ਬਾਕੀ ਮਨ ਮਿਟਾਵ ਕਿਵੇਂ ਆ ਜਾਂਦਾ ਹੈ ਜਿਹੜੇ ਕੁਝ ਕੁ ਰੀਜ਼ਨ ਹੁੰਦੇ ਦੇਖੋ ਇੱਕ ਤਾਂ ਤੁਸੀਂ ਫਾਈਨੈਂਸ਼ਲੀ ਜੋ ਤੁਹਾਡਾ ਮੈਟਰ ਹੈ ਉਹ ਕਲੀਨ ਰਹੋ ਹੈਨਾ ਮੈਂ ਇਹ ਸਮਝਦਾ ਤੇ ਦੂਸਰੀ ਚੀਜ਼ ਇਹ ਹੈ ਕਿ ਅਗਰ ਤੀਸਰੇ ਬੰਦੇ ਨੇ ਕੋਈ ਤੁਹਾਨੂੰ ਗੱਲ ਕੀਤੀ ਹੈ ਕਿਸੇ ਨੂੰ ਵੀ ਮੈਨੂੰ ਜਾਂ ਕਿਸੇ ਨੂੰ ਵੀ ਤੋ ਸਾਨੂੰ ਸਿੱਧੀ ਕਲੀਅਰ ਕਰਨੀ ਚਾਹੀਦੀ ਹੈ। ਅਸੀਂ ਕਰ ਲੈਨੇ ਜਿੰਨੀ ਦੇਖਿਆ ਵੀ ਆ ਮੈਂ ਦੇਖਿਆ ਵੀ ਆ। ਅੱਜ ਲਈ ਜੇ ਮੈਨੂੰ ਇਹਨੂੰ ਕੋਈ ਗੱਲ ਕਹਿੰਦਾ ਮੈਨੂੰ ਕਹਿਣ ਚ ਉਤਾਰ ਨਹੀਂ ਆ ਤੁਹਾਡੇ ਤੋਂ ਬਹੁਤ ਬੰਦੇ ਟੁੱਟੇ ਆ ਬਹੁਤ ਬੰਦੇ ਤੁਸੀਂ ਮੈਂ ਤੁਹਾਨੂੰ ਨਿੱਜੀ ਤੌਰ ਤੇ ਵੀ ਦੇਖਿਆ ਕਈ ਵਾਰ ਪਰ ਅਵਤਾਰ ਐਸਾ ਬੰਦਾ ਹੈ ਜਿਹੜਾ ਤੁਹਾਡੇ ਨਾਲ ਖੜਾ ਹੈ। ਇਹ ਜਾਰ ਲੈਂਦਾ ਉਹ ਜਰੇ ਨਹੀਂ। ਨਹੀਂ ਦੇਖੋ। ਨਹੀਂ ਐਕਚੁਅਲੀ ਅਸੀਂ ਨਾ ਗੱਲ ਪਤਾ ਕੀ ਹੁੰਦੀ ਕਈ ਵਾਰੀ ਹੁੰਦਾ ਕਿ ਇਹਨੂੰ ਕੋਈ ਗੱਲ ਕਹਿੰਦਾ ਮੇਰੇ ਨਾਲ ਕਲੀਅਰ ਕਰ ਲੈਂਦਾ। ਮੈਨੂੰ ਕੋ ਉਤਾਰ ਬਾਰੇ ਕਹੂਗਾ ਮੈਂ ਨਾਲ ਹੀ ਇਹਨੂੰ ਫੋਨ ਲੈ ਲਿਆ ਮਤਲਬ ਉਤਾਰ ਆ ਗੱਲ ਆਈ ਹੈ ਬਾਰ ਕਿੱਦਾਂ ਗੱਲ ਹੋਰ ਹੁੰਦੀ ਐ ਲੋਕ ਬਣਾ ਕੇ ਤੋੜਨ ਵਾਲੇ ਬਹੁਤ ਬੈਠੇ ਹੁੰਦੇ ਆ ਇਹ ਕਿਉਂ ਹੈ ਨਾ ਪੰਜਾਬੀ ਇੰਡਸਟਰੀ ਦਾ ਇੱਕੋ ਇੱਕ ਸ਼ੋਅ ਹੈ ਜਿਹੜਾ 5.5 ਸਾਲ ਚੱਲਿਆ ਚੱਲਿਆ ਸੀ ਚੈਨਲ ਤੇ ਇਹ ਗੱਲ ਕਹਿੰਦੇ ਆ ਕਿ 5.5 ਸਾਲ ਰੈਗੂਲਰ ਕੋਈ ਸ਼ੋਅ ਚੱਲਿਆ ਤਾਂ ਸਾਡਾ ਚੱਲਿਆ ਮੈਂ ਐਜ਼ ਐਂਕਰ ਸੀ ਔਰ ਇਹ ਉਤਾਰ ਮੈਂ ਐਂਕਰ ਨਹੀਂ ਸੀ ਮੈਨੂੰ ਐਂਕਰ ਵੀ ਇਹ ਲੈ ਕੇ ਆਇਆ ਕਹਿੰਦਾ ਇੰਟਰਵਿਊ ਕਰਨੀ ਪਈ ਜੀ ਲਗਾਤਾਰ ਉਹ ਪ੍ਰੋਗਰਾਮ ਜਿਹੜਾ ਚੱਲਿਆ ਪਰ ਇੰਨਾ ਕੁ ਜ਼ਿਆਦਾ ਫੇਮਸ ਇੰਨਾ ਕੁ ਜ਼ਿਆਦਾ ਪਿਆਰ ਉਹ ਪਿੰਡਾਂ ਵਾਲਿਆਂ ਦਾ ਆਪਣਾ ਪ੍ਰੋਗਰਾਮ ਹੋ ਨਿਭੜਿਆ ਹੂੰ ਸੋ ਜਦੋਂ ਵੀ ਉਹ ਅਸੀਂ ਪਿੰਡਾਂ ਦੇ ਵਿੱਚ ਸ਼ੂਟ ਕਰਦੇ ਸੀਗੇ ਬਹੁਤ ਜ਼ਿਆਦਾ ਸਾਨੂੰ ਪਿਆਰ ਮਿਲਦਾ ਕਈ ਜਗ੍ਹਾ ਤਾਂ ਸਾਨੂੰ ਇਸ ਤਰ੍ਹਾਂ ਹੋਇਆ ਵੀ ਉਹ ਤੇਲ ਚੋ ਕੇ ਨਾ ਸਾਡੀ ਟੀਮ ਨੂੰ ਅੰਦਰ ਲੈ ਕੇ ਜਾਂਦੇ ਸੀਗੇ ਰਿਬਨ ਘਟਾਉਂਦੇ ਸੀਗੇ ਰਿਬਨ ਘਟਾਉਂਦੇ ਸੀਗੇ ਤੇਲ ਚੋ ਕੇ ਅੰਦਰ ਲੈ ਕੇ ਜਾਂਦੇ ਸੀਗੇ ਤੇ ਮਤਲਬ ਤੁਰਨ ਲੱਗਿਆਂ ਨੂੰ ਉਹ ਸ਼ਗਨ ਦੇ ਤੌਰ ਤੇ ਹੁੰਦਾ ਨਾ ਕਿਉਂਕਿ ਅਸੀਂ ਪੈਸੇ ਉਹਨਾਂ ਦੇ ਵਿੱਚ ਨਹੀਂ ਲੈਂਦੇ ਸੀਗੇ ਤੋਂ ਮਤਲਬ ਧੱਕੇ ਨਾ ਹੁੰਦਾ ਸੀ ਵੀ ਅਸੀਂ 100 ਰੁਪਏ ਹੀ ਚਾਹੀ ਦਈਏ ਜਿਵੇਂ ਘਰੇ ਆਏ ਰਿਸ਼ਤੇਦਾਰ ਨੂੰ ਪਰਿਵਾਰ ਨੂੰ ਕਹਿੰਦੇ ਸਾਨੂੰ ਐ ਲੱਗਦਾ ਤੁਸੀਂ ਸਾਡੇ ਪਰਿਵਾਰ ਦੇ ਮੈਂਬਰ ਹੋ ਤੇ ਅਸੀਂ ਤੁਹਾਨੂੰ ਐਵੇਂ ਨਹੀਂ ਜਾਣ ਦਵਾਂਗੇ ਤੇ ਅਸੀਂ ਉਹਨਾਂ ਵੱਲੋਂ ਅਸੀਂ ਕੋਸ਼ਿਸ਼ ਕਰਦੇ ਹਾਂ ਤੁਸੀਂ ਵੀ ਜੇ ਕੋਈ ਅਮਾਊਂਟ ਉਹ ਦਿੰਦੇ ਆ ਤਾਂ ਉੱਥੇ ਕਹਿੰਦੇ ਉਹ ਵੀ ਕਿ ਸਕੂਲ ਹੈ ਜਿਹੜਾ ਤੁਹਾਡਾ ਸਰਕਾਰੀ ਹੈ ਉੱਥੇ ਜਾ ਕੇ ਤੁਸੀਂ ਬੱਚੇ ਦੀ ਜਿਹੜੀ ਸਟੱਡੀ ਕੋਈ ਕਰ ਰਿਹਾ ਕੁਝ ਵੀ ਉਹਦੇ ਫੀਸ ਜਮ੍ਹਾਂ ਕਰਵਾ ਦਿਓ ਜੀ ਸੋ ਉਹ ਇੰਨਾ ਪਿਆਰ ਮਿਲਿਆ ਉਸੇ ਪਿਆਰ ਨੇ ਸਾਨੂੰ 5.5 ਸਾਲ ਸਾਨੂੰ ਰੁਕਣ ਹੀ ਨਹੀਂ ਦਿੱਤਾ ਸਾਨੂੰ ਲੱਗਿਆ ਹੀ ਨਹੀਂ ਉਹ ਸਾਡੇ 5 ਸਾਲ ਸਾਡੇ ਬੀਤ ਗਏ ਕਿਹੜੇ ਵੇਲੇ ਅੱਛਾ ਮੇਰੇ ਨਾਲ ਇੱਕ ਮਨ ਦੇ ਵਿੱਚ ਇੱਕ ਤਸਵੀਰ ਮੇਰੇ ਮੇਰੇ ਦਿਮਾਗ 'ਚ ਇੱਕ ਤਸਵੀਰ ਵਾਰ-ਵਾਰ ਆ ਰਹੀ ਆ ਤੁਸੀਂ ਅਕਸਰ ਕਲਾਕਾਰ ਦੇਖਦੇ ਸੀ ਕ੍ਰੈਡਿਟ ਲੈਣ ਦੇ ਬਹਾਨੇ ਕਿ ਆਪਣੀ ਛਵੀ ਨੂੰ ਵੱਡਾ ਕਰਨ ਦੇ ਲਈ ਮੂਸੇ ਵਾਲੇ ਦੇ ਨਾਲ ਬਹੁਤ ਲਿੰਕ ਜੋੜੇ ਲੋਕਾਂ ਨੇ ਉਹਨਾਂ ਦੇ ਮਰਨ ਤੋਂ ਬਾਅਦ ਉਹਨਾਂ ਦਾ ਸਿਵਾ ਵੀ ਨਹੀਂ ਹਜੇ ਠੰਡਾ ਹੋਇਆ ਸੀ ਲੋਕ ਤਸਵੀਰਾਂ ਪਾਉਣ ਲੱਗ ਪਏ ਸੀ ਕਿ ਮੂਸੇ ਵਾਲੇ ਨਾਲ ਤਾਂ ਸਾਡੀ ਯਾਰੀ ਸੀਗੀ ਬਿਲਕੁਲ ਪਰ ਤੁਸੀਂ ਇੱਕ ਸਾਲ ਉਸ ਤਸਵੀਰ ਦਾ ਜ਼ਿਕਰ ਨਹੀਂ ਕੀਤਾ ਜਿਹੜੀ ਤੁਹਾਡੇ ਮੂਸੇ ਵਾਲਾ ਸਾਹਿਬ ਦੇ ਨਾਲ ਸੀ ਔਰ ਬੜੀ ਵੱਡੀ ਗੱਲ ਸੀ ਉਸ ਤਸਵੀਰ ਦੇ ਪਿੱਛੇ ਬਹੁਤ ਵੱਡੀ ਗੱਲ ਜੀ ਤੁਸੀਂ ਲਿਖੀ ਉਹਨਾਂ ਭਾਵੁਕ ਹੋ ਕੇ ਤੁਸੀਂ ਲਿਖੀ ਦਰਸਲ ਸਾਰਾ ਕਿੱਸਾ ਕੀ ਹੈ ਪਹਿਲੀ ਵਾਰ ਮੈਨੂੰ ਲੱਗਦਾ ਤੁਸੀਂ ਕੈਮਰੇ ਤੇ ਬੋਲੋਗੇ ਮੂਸੇ ਵਾਲੇ ਨਾਲ ਤੁਹਾਡਾ ਕੀ ਗੱਲਬਾਤ ਕੀ ਹੋਈ ਸੀ ਕਿਵੇਂ ਤੁਸੀਂ ਸੰਪਰਕ ਦੇ ਵਿੱਚ ਆਏ ਮੈਂ ਕਿਉਂਕਿ ਅਸੀਂ ਤਾਂ ਸਾਰੇ ਜਾਣਦੇ ਸੀ ਮੂਸੇ ਵਾਲਾ ਆ ਗਿਆ ਹਨਾ ਮੁੰਡਾ ਇੱਕਦਮ ਇੰਡਸਟਰੀ ਚ ਆ ਕੇ ਤੇ ਥੋੜੇ ਵਕਫੇ ਦੇ ਵਿੱਚ ਹੀ ਬੰਦਾ 6 ਸਾਲ ਦੀ ਉਹਦੀ 뮤직 ਲਾਈਫ ਹੈਗੀ ਹਨਾ ਉਹ ਛਾ ਗਿਆ ਹਨਾ ਤਾਂ ਉਹ ਦਰਦ ਹੋਇਆ ਅੱਜ ਵੀ ਲੋਕਾਂ ਦੇ ਉਹ ਦਰਦ ਆ ਉਹ ਜਾ ਨਹੀਂ ਰਿਹਾ ਨਾ ਇਹ ਕਿੱਥੇ ਵੜ ਗਿਆ ਯੂਥ ਦੇ ਵਿੱਚ ਉਹ 7-8 ਸਾਲ ਦੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਉਹ ਇੱਥੇ ਵੜਿਆ ਹੋਇਆ ਸਿੱਧੂ ਮੂਸੇ ਵਾਲਾ ਜਾ ਨਹੀਂ ਰਿਹਾ ਤਾਂ ਉਹ ਘਰ ਘਰ ਗਿਆ ਸਾਰਿਆਂ ਦੇ ਅੰਦਰ ਮੇਰੇ ਤੇ ਕੋਟੈਕ ਹੋ ਗਿਆ ਸੀ ਫਰੋਜਪੁਰ ਦੇ ਵਿੱਚ ਕੁਝ ਬੰਦਿਆਂ ਨੇ ਕੋਈ ਬਦਮਾਸ਼ਾਂ ਨੇ ਅਟੈਕ ਕਰਤਾ ਸੀ ਬਾਅਦ ਚ ਗੱਲ ਵੀ ਕੋਈ ਨਹੀਂ ਨਿਕਲੀ ਉਹਦੇ ਅਟੈਕ ਹੋ ਗਿਆ ਚਲੋ ਉਹ ਮੇਰੇ ਤੇ ਉਲਟਾ ਰਾਜਨੀਤਿਕ ਲੋਕਾਂ ਨੇ ਕੁਝ ਵੜ ਕੇ ਵਿੱਚ ਪਰਚਾ ਵੀ ਮੇਰੇ ਤੇ ਕਰਵਾਤਾ ਨਾਲ ਉਹਨਾਂ ਤੇ ਹੋਇਆ ਹੋਇਆ 307 ਜਿਹੜੀ ਲੱਗੀ ਨਾਲ ਮੇਰੇ ਤੇ ਕਰਵਾਤਾ ਵੀ ਇਹਨੇ ਐਕਸੀਡੈਂਟ ਕੀਤਾ ਕੁਝ ਵੀ ਗੱਲਾਂ ਬਣਾ ਕੇ ਉਹ ਮੇਰੀਆਂ ਜਿਹੜੀਆਂ ਵੀਡੀਓ ਸੀ ਬਹੁਤ ਸਾਰੇ ਸਿੰਗਰਾਂ ਨੇ ਨਿੱਕੂ ਇੰਦਰਜੀਤ ਨਿੱਕੂ ਹੋਰਾਂ ਨੇ ਕੁਲਵਿੰਦਰ ਪੱਲੇ ਸਾਰਿਆਂ ਨੇ ਵੀਰਾਂ ਨੇ ਪਾਈਆਂ ਫੋਟੋਆਂ ਪਾਈਆਂ ਸ਼ੇਅਰ ਕੀਤੀਆਂ ਵੀ ਨਿੰਦਿਆ ਕੀਤੀ ਉਹਦੀ ਬਿਲਕੁਲ ਮੀਡੀਆ ਦੇ ਵਿੱਚ ਪੂਰੀ ਚਰਚਾ ਵੀ ਹੋਈ ਸੀ ਬੱਬੂ ਬਰਾੜ ਹੈ ਮੇਰਾ ਦੋਸਤ ਬਹੁਤ ਵਧੀਆ ਗੀਤਕਾਰ ਹੈ ਕੜਾਣੇ ਤੋਂ ਤਾਂ ਉਹ ਸਿੱਧੂ ਮੂਸੇਵਾਲੇ ਨਾਲ ਬਹੁਤ ਪਿਆਰ ਸੀ ਤੋ ਇੱਕ ਦਿਨ ਬਲਕਾਰ ਅਨਖੀਲਾ ਤੇ ਉਹ ਸਾਰੇ ਮੇਰੇ ਨਾਲ ਸੀਗੇ ਅਸੀਂ ਇੰਟਰੂ ਕਰ ਰਹੇ ਸੀਗੇ ਮੈਂ ਠੀਕ ਹੋ ਗਿਆ ਸੀ ਮਹੀਨੇ ਡੇਢ ਦੋ ਬਾਅਦ ਦੋ ਘੰਟੇ ਮਹੀਨੇ ਬਾਅਦ ਅਸੀਂ ਸ਼ੂਟ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਤੋ ਪਹਿਲੀ ਸ਼ੂਟ ਸੀ ਸਾਡੀ ਆਫਟਰ ਠੀਕ ਹੋਣ ਤੋਂ ਬਾਅਦ ਤਾਂ ਉਹ ਬਲਕਾਰ ਉਹ ਬੱਬੂ ਖਰੂਨ ਨੂੰ ਬੁਲਾ ਰਿਆ ਸੀ ਸਿੱਧੂ ਤਾਂ ਉਹ ਉੱਥੇ ਜਦੋਂ ਪਹੁੰਚੇ ਕਹਿੰਦੇ ਵੀ ਲੇਟ ਕਾਹਤੋਂ ਆਏ ਇੰਨਾ ਹਨਾ ਉਹਨਾਂ ਦੇ ਘਰੇ ਜਾਣਾ ਸੀ ਕੋਈ ਕਹਿੰਦੇ ਵੀ ਉਹ ਗਮ ਆਇਆ ਹੋਇਆ ਸੀਗਾ ਉਹਦੇ ਕਰਕੇ ਲੇਟ ਉਹ ਦੇਖੋ ਮੈਂ ਇਹ ਵੱਡੀ ਗੱਲ ਸੀ ਮੇਰੇ ਲਈ ਚਾਹੇ ਉਹ ਸਾਡਾ ਜੂਨੀਅਰ ਸੀ ਹਨਾ ਪਰ ਇਹ ਵੱਡੀ ਗੱਲ ਸੀ ਉਹ ਕਹਿੰਦਾ ਗਾਮੇ ਦਾ ਹਾਲ ਕੀ ਆ ਅੱਛਾ ਮੂਸੇ ਵਾਲਾ ਕਹਿੰਦਾ ਕਿ ਗਾਮੇ ਦਾ ਹਾਲ ਕੀ ਆ ਗਾਮੇ ਦਾ ਹਾਲ ਕੀ ਉਹ ਕਹਿੰਦਾ ਯਾਰ ਬਰਾੜ ਕਹਿਣ ਲੱਗਾ ਕਹਿੰਦਾ ਤੁਸੀਂ ਕਿਵੇਂ ਜਾਣਦੇ ਹੋ ਕਹਿੰਦਾ ਯਾਰ ਮੈਂ ਜਾਣਦਾ ਮੈਂ ਇੰਨਾ ਤੋਂ ਵਾਇਰਲ ਹੋ ਰਿਹਾ ਬੰਦਾ ਹਾਂ ਉਹਦੇ ਨਾਲ ਮਾੜਾ ਹੋਇਆ ਮੈਂ ਮਿਲਣਾ ਉਹਨੂੰ ਮੁੰਡੇ ਨੂੰ ਬੁਲਾ ਸਕਦੇ ਹੋ ਤਾਂ ਮੈਨੂੰ ਬੱਬੂ ਦਾ ਫੋਨ ਆਇਆ ਕਹਿੰਦਾ ਯਾਰ ਸ਼ੁਭਦੀ ਵੀ ਯਾਦ ਕਰਦਾ ਮੈਂ ਕਿਹਾ ਉਹ ਕਿਵੇਂ ਯਾਦ ਕਰ ਮੈਨੂੰ ਕਿਵੇਂ ਜਾਣਦਾ ਕਹਿੰਦਾ ਇਹ ਨਹੀਂ ਪਤਾ ਪਰ ਤੈਨੂੰ ਮਿਲਣਾ ਚਾਹੁੰਦਾ ਮੈਂ ਕਿ ਚਲੋ ਕਿਸੇ ਦਿਨ ਬਣਾ ਲੈ ਇੱਕ ਦਿਨ ਫੇਰ ਬਰਾੜ ਹੋਰੀ ਉੱਥੇ ਸੀਗੇ ਮੈਨੂੰ ਫੋਨ ਆਇਆ ਕੋਈ 3 ਕੋ 2:30 3 ਵਜੇ ਕਹਿੰਦੇ ਆ ਸਕਦੇ ਮੈਂ ਹਾਂ ਠੀਕ ਹੈ ਮੇਰਾ ਦੋਸਤ ਹੀ ਸ਼ੋਕ ਅਸੀਂ ਦੋਨੋਂ ਜਣੇ ਤਾਂ ਬਾਹਰ ਸੀ ਕਿਤੇ ਅਸੀਂ ਦੋਨੋਂ ਜਣੇ ਨਿਕਲ ਗਏ ਮੈਂ ਕਿਹਾ ਚਲੋ ਮੈਂ ਵੇਲਾ ਹੀ ਆ ਅਸੀਂ 5 ਕੋ ਪਹੁੰਚੇ ਆ ਤਾਂ ਮੈਨੂੰ ਐ ਲੱਗਦਾ ਸੀ ਮੈਂ ਬਹੁਤ ਦੇਰ ਦਾ ਉਹਨੂੰ ਮਿਲਿਆ ਹਨ ਇਸ ਤਰ੍ਹਾਂ ਲਗਾ ਦੋਨੇ ਉਹਨਾਂ ਦੇ ਫਾਦਰ ਬਲ ਸਰਦਾਰ ਬਲਕੌਰ ਸਿੰਘ ਔਰ ਸਿੱਧੂ ਔਰ ਇੰਨੀ ਜਿਆਦਾ ਚਾਹ ਪੀਓ ਬਾਈ ਜੀ ਕੀ ਹਾਲ ਚਾਲ ਤੁਸੀਂ ਸਿਹਤ ਕਿਦਾਂ ਪੂਰਾ ਐਂ ਜਿਵੇਂ ਆਪਣਾ ਪੜ ਨਹੀਂ ਹੁੰਦਾ ਜਿਦਾ ਇਦਾਂ ਮੈਨੂੰ ਦਿਖਾਇਆ ਹਨ ਉਹਨਾਂ ਨੇ ਉਹ ਕੀਤਾ ਕਹਿੰਦੇ ਸੋ ਹਲਪ ਕਿਵੇਂ ਕਰੀਏ ਤੁਹਾਡੀ ਮੇਰੇ ਕੋਈ ਗੱਲ ਨਹੀਂ ਪ੍ਰਮਾਤਮਾ ਦਾ ਵਧੀਆ ਹੈਗਾ ਕੋਈ ਪ੍ਰੋਬਲਮ ਨਹੀਂ ਹੈ ਨਾ ਪੈਸੇ ਦਾ ਉਹ ਨਹੀਂ 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 ਕਹਿੰਦੇ ਹੋਰ ਹੈਲਪ ਕੀ ਕਰਨੀ ਹੈ ਕਿਹਨੂੰ ਫੋਨ ਕਰੀਏ ਕਿੱਥੇ ਅਪਰੋਚ ਕਰੀਏ ਕਿ ਤੁਹਾਡੀ ਹੈਲਪ ਹੋਵੇ ਤੁਹਾਡੇ ਨਾਲ ਬਹੁਤ ਮਾੜਾ ਹੋਇਆ ਚਲੋ ਉਹਨਾਂ ਨੇ ਫੋਨ ਵੀ ਕੀਤੇ ਮੇਰੇ ਸਾਹਮਣੇ ਕਈਆਂ ਅਫਸਰਾਂ ਵੀ ਆ ਸਾਡਾ ਵੀਰ ਹੈਗਾ ਕਹਿੰਦਾ ਮੇਰਾ ਵੱਡਾ ਭਾਈ ਆ ਇਹਦੀ ਹੈਲਪ ਕਰਨੀ ਆ ਉਹਨਾਂ ਨੇ ਕੀਤਾ ਹਨ ਮੈਨੂੰ ਆਇਆ ਪਹਿਲਾਂ ਨਾ ਕਦੀ ਕੋਈ ਗੱਲ ਹੋਈ ਸੀ ਨਾ ਮੁਲਾਕਾਤ ਹੋਈ ਸੀ ਮੈਂ ਜ਼ਿੰਦਗੀ ਚ ਮਿਲਿਆ ਹੀ ਨਹੀਂ ਤਾਂ ਬੜੀ ਵੱਡੀ ਗੱਲ ਹੈ ਕਿ ਮੂਸੇ ਵਾਲਾ ਦੇ ਵੱਲੋਂ ਫੋਨ ਕਰਕੇ ਸਪੈਸ਼ਲ ਕੇ ਤੁਸੀਂ ਘਰੇ ਆਓ ਘਰੇ ਬੁਲਾ ਕੇ ਆਓ ਭਗਤ ਵੀ ਕੀਤੀ ਇਹ ਬੜੀ ਵੱਡੀ ਗੱਲ ਹੈ ਤਾਂ ਉਸ ਤੋਂ ਬਾਅਦ ਵੀ ਮੈਂ ਸੁਣਿਆ ਕਿ ਇੱਕ ਹੋਰ ਕਿੱਸਾ ਹੋਇਆ ਸੀ ਜਿੱਦੋਂ ਮੂਸੇ ਵਾਲਿਆਂ ਨੇ ਕਿਹਾ ਕਿ ਗਾਮਾ ਆਇਆ ਹਾਂ ਉਹ ਬਰਥਡੇ ਸੀਗਾ ਤੇ ਬੱਬੂ ਹੋਰੀ ਅੰਦਰ ਸੀਗੇ ਹਾਂ ਤੇ ਕਹਿੰਦੇ ਕਿਸੇ ਨੂੰ ਅੰਦਰ ਨਹੀਂ ਆਉਣ ਦੇਣਾ ਕੋਈ ਪ੍ਰੈਸ ਵਾਲਾ ਕੋਈ ਨਹੀਂ ਬਰਥਡੇ ਮਨਾ ਰਿਹਾ ਸੀ ਤੇ ਬਾਹਰੋਂ ਕੋਈ ਕਿਸੇ ਨੇ ਆ ਕੇ ਕਿਹਾ ਕਹਿੰਦੇ ਕੋ ਸਿੱਧੂ ਸਿੱਧੂ ਕਰਕੇ ਪੱਤਰਕਾਰ ਹੈ ਹੂੰ ਕਹਿੰਦਾ ਪਤਾ ਕਰੋ ਗਾਮਾ ਤਾਂ ਨਹੀਂ ਗਾ ਕੇ ਜੇ ਗਾਮਾ ਹੈ ਤਾਂ ਅੰਦਰ ਬੁਲਾ ਲਓ ਹਣਾਂ ਨਾਮ ਤੇ ਗਾਨੀ ਸ਼ਮਿਆ ਵਾਸਤੇ ਗਾਣਾ ਇੱਕ ਇੱਕ ਪਲ ਦੇਣੀ ਉਸਨੇ ਯਾਦ ਰੱਖਿਆ ਬੰਦੇ ਨੇ ਦਿਲ ਚ ਛਾਪ ਲਿਆ ਬੰਦੇ ਨੂੰ ਇਹ ਮੈਂ ਅੱਜ ਪਹਿਲੇ ਦਿਨ ਇੱਕ ਹੋਰ ਗੱਲ ਕਹਿਣ ਲੱਗਾ ਬਾਅਦ ਚ ਮੇਰੀ ਗਿਆ ਮੈਂ ਕਿਹਾ ਯਾਰ ਸਿੱਧੂ ਕਹਿੰਦਾ ਕੋਈ ਨਹੀਂ ਗਾਮੇ ਲਈ ਆਪਾਂ ਹਾਜ਼ਰ ਆਂ ਜੋ ਕਹੇਗਾ ਉਹ ਕਰਾਂਗੇ ਮੈਂ ਬੱਬੂ ਨੂੰ ਗਿਆ ਮੈਂ ਕਿਹਾ ਯਾਰ ਮੈਂ ਮੈਨੂੰ ਗਾਣਾ ਗਾਉਣ ਦਾ ਭੂਤ ਸਵਾਰ ਹੋਇਆ ਇੱਕ ਗਾਣਾ ਸਿੱਧੂ ਦੇ ਲੈਵਲ ਤੋਂ ਕਢਾਉਣਾ ਉਹਦੇ ਤੋਂ ਉਹ ਲੈਵਲ ਉਹਨਾਂ ਦਾ ਉਹਦੀ ਕੰਪਨੀ ਚ ਹਨਾ ਸਿੱਧੂ ਤਾਂ ਯਾਰ ਐ ਐ ਐ ਕਰਕੇ ਪਾ ਦਿੰਦਾ ਸੀ ਨਾ ਬਿਹਾ ਆ ਰਿਹਾ ਤੂੰ ਹਿੱਟ ਸੀਗਾ ਹਿੱਟ ਸੀਗਾ ਵਾਇਰਲ ਹੋ ਜਾਂਦਾ ਪੱਥਰ ਨੂੰ ਵੀ ਹੱਥ ਲਾਉਂਦਾ ਸੀ ਤਾਂ ਉਹ ਸੋਨਾ ਬਣ ਜਾਂਦਾ ਫਿਰ ਕੀ ਗੱਲ ਹੋਈ ਫਿਰ ਉਸ ਤੋਂ ਬਾਅਦ ਤੇ ਉਹ ਗੱਲ ਹੋ ਗਈ ਤਾਂ ਉਧਰੋਂ ਹਾਂ ਵੀ ਕਹਿੰਦਾ ਹਾਂ ਸ਼ੁਭਦੀਪ ਕਹਿੰਦਾ ਕੋਈ ਗੱਲ ਨਹੀਂ ਗਾ ਮੈਨੂੰ ਗਾਣਾ ਰੈਡੀ ਹੈ ਤੇ ਦੇ ਦੇ ਕੋਈ ਨਹੀਂ ਆਪਾਂ ਕਰ ਦਿੰਨੇ ਆ ਉਹ ਇਨ ਬਿਟਵੀਨ ਇਨਸੀਡੈਂਟ ਹੋ ਗਿਆ ਕੁਝ ਦੇਰ ਬਾਅਦ ਹੀ ਨਹੀਂ ਤਾਂ ਚਲ ਚਲੋ ਇਹ ਸਾਡੀ ਮੇਰੀ ਕਿਸਮਤ ਸੀ ਨਹੀਂ ਸੀਗਾ ਤਾਂ ਉਹਦੇ ਹਾਲਾਤ ਇਦਾਂ ਦੇ ਬਣ ਗਏ ਫਿਰ ਤਾਂ ਕੀ ਹੋਣਾ ਸੀ ਇੰਡਸਟਰੀ ਵੀ ਨਾਲ ਨਹੀਂ ਖੜ ਰਹੀ ਮੂਸੇ ਵਾਲੇ ਦੇ ਮਾਪ ਪਿਓ ਦੇ ਨਾਲ ਦੇਖਣ ਨੂੰ ਵੀ ਮਿਲ ਰਿਹਾ ਹੈ ਦੇਖੋ ਹਾਲਾਤ ਇਦਾਂ ਦੇ ਬਣ ਗਏ ਮੈਂ ਇਹ ਨਹੀਂ ਕਹਿੰਦਾ ਕਿ ਨਾਲ ਨਹੀਂ ਖੜੀ ਹਮਦਰਦੀ ਹੈ ਲੋਕਾਂ ਨੂੰ ਪਰ ਜਿਹੜਾ ਪਿੱਛੇ ਡਰ ਇੱਕ ਬੈਠਾ ਹੋਇਆ ਨਾ ਅਸਲ 'ਚ ਪਿੱਛੇ ਡਰ ਹੈ ਉਹ ਸਰਕਾਰਾਂ ਦਾ ਵੀ ਹੈ ਹੋਰ ਲੋਕਾਂ ਦਾ ਵੀ ਹੈ ਉਹ ਡਰ ਹੈ ਜਿਹੜਾ ਕਿਉਂਕਿ ਇੱਕ ਬੰਦਾ ਕੈਰੀਅਰ 'ਚ ਹੈਗਾ ਹਨਾ ਮੈਂ ਬੋਲੂਗਾ ਉਹਦੇ ਬਾਰੇ ਹਨਾ ਤਾਂ ਉਹ ਕੈਰੀਅਰ 'ਚ ਹੈਗਾ ਉਹਨੂੰ ਪਿੱਛੇ ਹਾਲਾਤ ਜਿਹੜੇ ਆ ਮਗਰੋਂ ਖਿੱਚ ਰਹੇ ਨੇ ਨਹੀਂ ਤੋ ਬੋਲੇਗਾ ਤਾਂ ਤੇਰੇ ਲਈ ਖਤਰੇ ਦੀ ਘੰਟੀ ਸਾਰਿਆਂ ਲਈ ਡਰ ਹੈ ਮਤਲਬ ਹਾਂ ਦਰਦ ਸਾਰਿਆਂ ਨੂੰ ਹੈਗਾ ਇਹ ਨਹੀਂ ਹੈਗਾ ਕਿ ਕਿਸੇ ਕਲਾਕਾਰ ਨੂੰ ਦਰਦ ਨਹੀਂ ਇਹ ਹੈਗਾ ਪਰ ਇੱਕ ਡਰ ਪਿੱਛੋਂ ਵੀ ਮੈਂ ਜੇ ਬੋਲ ਪਿਆ ਉਹਦੇ ਬਾਰੇ ਤਾਂ ਮੈਨੂੰ ਕੁਝ ਪ੍ਰੋਬਲਮ ਨਾ ਆ ਜਾਏ ਮੇਰੀ ਫੈਮਿਲੀ ਹੈ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਅਸੀਂ ਇਹ ਨਹੀਂ ਕਹਿ ਰਹੇ ਕਿ ਕਲਾਕਾਰ ਖੜੇ ਖੜੇ ਆ ਉਹਦੇ ਨਾਲ ਜੀ ਸਤਿੰਦਰ ਸਰਤਾਜ ਨਾਲ ਪਹਿਲੀ ਮੁਲਾਕਾਤ ਕਿਵੇਂ ਹੋਈ ਸੀ ਤੁਹਾਡੀ ਮੈਂ ਸੁਣਿਆ ਪਹਿਲਾ ਗੀਤ ਉਹਨਾਂ ਨੇ ਤੁਹਾਡਾ ਗਾਇਆ ਸੀਗਾ ਆ ਸਤਿੰਦਰ ਨਾਲ ਤਾਂ ਉਹ ਬੜਾ ਲੰਮਾ ਕਿਉਂਕਿ ਇਹ ਪ੍ਰੂ پنجاب ਟੀਵੀ ਤੇ ਇਸ ਬਾਰੇ ਚਰਚਾ ਨਹੀਂ ਹੋਈ ਕਦੇ ਨਹੀਂ ਮੈਂ ਨਾ ਮੈਂ ਮੈਂ ਕਦੇ ਵੀ ਉਹਨਾਂ ਯਾਰਾਂ ਨੂੰ ਨਹੀਂ ਭੁੱਲਦਾ ਜਿਨ੍ਹਾਂ ਨੇ ਚਾਹੇ ਬੱਬੂ ਬਰਾੜ ਨੇ ਮਿਲਾਇਆਣ ਜਿਨੇ ਮੈਨੂੰ ਮਲਾਇਆ ਉਹ ਵਿਸ਼ਵ ਦੀ ਬਰਾੜ ਹੈ ਮਰਾੜੀ ਹੈ ਮਾਨਸਾ ਤੋਂ ਉਹਨੇ ਮਲਾਇਆ ਸੀ ਸਤਿੰਦਰ ਸਰਤਾਜ ਨੂੰ ਉਹ ਤਾਂ ਸਤਿੰਦਰ ਪਾਲ ਸਿੰਘ ਸੀਗਾ ਨਾ ਉਹ ਤੋਂ ਸਾਡੀ ਮੁਲਾਕਾਤ ਉਹ ਯੂਨੀਵਰਸਿਟੀ ਪੜ੍ਹਦਾ ਸੀ ਸਤਿੰਦਰ ਤੇ ਮੈਂ ਉਹਨਾਂ ਦਿਨਾਂ 'ਚ ਏ ਔਰ ਰਿਸ਼ਵ ਵੀ ਉੱਥੇ ਪੜਦਾ ਸੀਗਾ ਉਹਨਾਂ ਦਿਨਾਂ ਸਾਡੀ ਮੁਲਾਕਾਤਾਂ ਹੋਈਆਂ ਔਰ ਪਹਿਲੀ ਜਦੋਂ ਐਲਬਮ ਬਣੀ ਔਰ ਅਸੀਂ ਮੋਗੇ ਸੀਗੇ ਮੋਗੇ ਸਤਿੰਦਰ ਵੀ ਆਇਆ ਸੀ ਅਸੀਂ ਅਮਰੀਕ ਬਾਈ ਦੇ ਘਰੇ ਬੈਠੇ ਸੀਗੇ ਉੱਥੇ ਬਹਿ ਕੇ ਸਿਲੈਕਸ਼ਨ ਕਰ ਰਹੇ ਸੀ ਤੇ ਮੈਂ ਗਾਣਾ ਜੇ ਮੈਨੂੰ ਆਦਤ ਹੁੰਦੀ ਨਾ ਗੀਤਕਾਰ ਨੂੰ ਵੀ ਬੋਲ ਕੇ ਕੰਪੋਜ਼ ਕੀਤਾ ਹੋਇਆ ਸੁਣਾਉਣਾ ਤੇ ਕਈ ਵਾਰੀ ਮੇਰੀਆਂ ਦੇਵੀ ਭਾਜੀ ਹੋਰਾਂ ਨਾਲ ਮਿਲਦੀ ਆਉਂਦੀਆਂ ਸੀ ਕੰਪੋਜੀਸ਼ਨਾਂ ਉਹ ਬਣਿਆ ਹਣੇ ਸੀ ਮੇਰੇ ਦੇਵੀ ਭਾਜੀ ਵੜੇ ਹੋਏ ਸੀ ਇੱਥੇ ਤਾਂ ਉਹ ਮੈਂ ਕਿਹਾ ਯਾਰ ਆ ਇੱਕ ਗਾਣਾ ਜਿਹੇ ਚ ਪਾਲਾ ਮਿੱਤਰਾ ਉੱਥੇ ਜਾ ਕੇ ਕੰਪੋਜ਼ ਆਪ ਹੀ ਕਰੀ ਉਹ ਆਪ ਹੀ ਕੀਤਾ ਉਹਨਾਂ ਨੇ ਹਾਂ ਤੇ ਉਹ ਜ਼ਿੰਦਗੀ ਚ ਕਿੱਡਾ ਬੜਾ ਕਹਿਰ ਹੋ ਗਿਆ ਸੱਜਣ ਬਣਾਉਣ ਵਾਲਾ ਗਾਇਰ ਹੋ ਗਿਆ ਤਾਂ ਉਹ ਹੋਇਆ ਜਦੋਂ ਇਬਾਦਤ ਕੈਸਟ ਦੇ ਵਿੱਚ ਆਇਆ ਜੀ ਤਾਂ ਵਧੀਆ ਪਿਆਰ ਮੈਨੂੰ ਲੱਗਾ ਉਸ ਤੋਂ ਬਾਅਦ ਤਾਂ ਨਹੀਂ ਕਿਸੇ ਰਾਈਟਰ ਦਾ ਉਹਨਾਂ ਨੇ ਨਹੀਂ ਉਸ ਤੋਂ ਬਾਅਦ ਗਾਇਆ ਨਹੀਂ ਉਹਨਾਂ ਨੇ ਗਾਇਆ ਉਹਦੇ ਵਿੱਚ ਸੀਗੇ ਦੀਪਕ ਜਤੋਈ ਸਾਹਿਬ ਦਾ ਸੀ ਵਾਰਿਸ਼ਾ ਹੋਰਾਂ ਦਾ ਸੀ ਆ ਕਈ ਹੋਰ ਜਸੰਤ ਕਮਲ ਹੋਰਾਂ ਦੇ ਸ਼ੇਰ ਸੀਗੇ ਦਮਨ ਉਸਤਾਦ ਹੋਰਾਂ ਦੇ ਸ਼ੇਰ ਸੀਗੇ ਅਲਗ-ਅਲਗ ਸ਼ੇਰ ਸੀਗੇ ਕੁਝ ਉਹਨਾਂ ਨੇ ਆਪਣੀਆਂ ਰਚਨਾਵਾਂ ਪਾਈਆਂ ਹੋਈਆਂ ਸੀ ਇਬਾਦਤ ਜਿਹੜੀ ਐਲਬਮ ਆਈ ਸੀ ਉਹਦੇ ਚ ਅਵਤਾਰ ਜੀ ਤੁਹਾਡੀ ਇੱਕ ਮੈਂ ਤਸਵੀਰ ਦੇਖੀ ਗੁਰਦਾਸ ਮਾਨ ਸਾਹਿਬ ਦੇ ਨਾਲ ਉਹ ਮੁਲਾਕਾਤ ਕਿਵੇਂ ਸੀ ਕਿਵੇਂ ਹੋਈ ਉਹ ਮੁਲਾਕਾਤ ਉਹਨਾਂ ਦਾ ਬਿਹੇਵੀਅਰ ਕਿਵੇਂ ਦਾ ਰਿਹਾ ਬੜੀ ਘੁੱਟ ਕੇ ਜੱਫੀ ਪਾਈ ਹੋਈ ਸੀ ਤੁਹਾਨੂੰ ਮਾਨ ਸਾਹਿਬ ਨਾਲ ਮਿਲਣ ਦਾ ਵੈਸੇ ਮੈਂ ਮਤਲਬ ਉਹਨਾਂ ਨਾਲ ਜੁੜਿਆ ਜਿਹੜਾ ਹੈਗਾ ਸੀਗਾ ਉਹ ਮੇਰੇ ਪ੍ਰੋਗਰਾਮ ਇੱਕ ਜੋਸ਼ ਕੈਂਪਸ ਦਾ ਕਰਕੇ ਚੱਲਦਾ ਰਿਹਾ ਉਹ ਵੀ ਤਕਰੀਬਨ 3-4 ਸਾਲ ਲਗਾਤਾਰ ਚੱਲਿਆ ਤੇ ਜਿਹੜੇ ਉਹਦੇ ਐਂਕਰ ਸੀਗੇ ਹੋਸਟ ਕਰ ਰਹੇ ਸੀਗੇ ਉਹ ਵੀ ਭਰਾਵਾਂ ਨਾਲ ਪਿਆਰ ਆ ਵੱਡੇ ਭਰਾਵਾਂ ਵਰਗੇ ਪਰਮ ਜੀ ਜੀ ਉਹ ਆਫੀਸ਼ੀਅਲੀ ਉਹਨਾਂ ਦੇ ਵੀ ਐਂਕਰ ਨੇ ਹੂੰ ਗੁਰਦਾਸ ਮਾਨ ਸਾਹਿਬ ਦੇ ਵੀ ਸਟੇਜ ਅਕਸਰ ਉਹੀ ਸੰਭਾਲਦੇ ਆ ਤੇ ਉਹ ਉਹਨਾਂ ਨਾਲ ਮਤਲਬ ਬੱਚਿਆ ਤਰ੍ਹਾਂ ਪਿਆਰ ਹੈ ਪਰਮ ਔਰ ਮਾਨ ਸਾਹਿਬ ਦਾ ਤੇ ਇੱਕ ਦਿਨ ਕੋਈ ਪ੍ਰੋਜੈਕਟ ਨੂੰ ਲੈ ਕੇ ਡਿਸਕਸ਼ਨ ਕਰ ਰਹੇ ਸੀਗੇ ਤੇ ਉਹ ਮਾਨ ਸਾਹਿਬ ਦੇ ਘਰ ਸੀਗੇ ਹੂੰ ਤੇ ਕੁਦਰਤੀ ਮਤਲਬ ਗੱਲ ਕਰਦੇ ਕਰਦੇ ਤੇ ਉਹ ਮੈਨੂੰ ਮੇਰੇ ਨਾਲ ਫੋਨ ਤੇ ਸੀਗਾ ਪਰਮ ਵੀਰ ਤੇ ਉਹਨਾਂ ਨੇ ਕਿਹਾ ਕਹਿੰਦੇ ਵੀ ਇੱਥੇ ਆ ਜਾ ਮਾਨ ਸਾਹਿਬ ਦੇ ਕੋਲ ਹੀ ਨਾ ਇੱਥੇ ਬੈਠਦੇ ਆਪਾਂ ਘਰ ਗਏ ਮੀਟਿੰਗ ਹੋਈ ਤਕਰੀਬਨ ਮੈਨੂੰ ਲੱਗਦਾ ਵੀ ਮੈਂ ਇੱਕ ਸਵਾ ਘੰਟਾ ਬੈਠਾ ਉਹਨਾਂ ਕੋਲੇ ਹਨਾ ਤੇ ਪਹਿਲੇ ਤਾਂ ਮਿਲਾਇਆ ਤਾਂ ਬਹੁਤ ਪਿਆਰ ਨਾਲ ਮਿਲੇ ਉਸ ਤੋਂ ਬਾਅਦ ਕਹਿੰਦੇ ਵੀ ਅਵਤਾਰ ਦਾਸ ਕਿਹੜੀ ਪੀਏਗਾ ਅੱਛਾ ਤੇ ਮੈਂ ਕਿਹਾ ਜੀ ਮੈਂ ਤਾਂ ਪੀਂਦਾ ਨਹੀਂ ਉਹ ਕਹਿੰਦੇ ਯਾਰ ਮੈਂ ਚਾਹ ਦੀ ਗੱਲ ਕਰ ਰਿਹਾ ਕਿ ਕਿਹੜੀ ਪੀਏਗਾ ਤੇ ਉਹ ਫਿਰ ਮੈਨੂੰ ਬੜਾ ਮਤਲਬ ਇੰਨਾ ਕਿ ਕੰਫਰਟੇਬਲ ਹੁੰਦਾ ਹੈ ਕਿ ਤੁਸੀਂ ਇੱਕ ਲੈਜੈਂਡ ਬੰਦੇ ਦੇ ਕੋਲ ਬੈਠੇ ਹੋ ਥੋੜਾ ਜਿਹਾ ਕਿਤੇ ਨਾ ਕਿਤੇ ਇਹੋ ਜਿਹੀ ਹੁੰਦੀ ਹੈ ਕਿ ਤੇ ਇਹਨਾਂ ਕਾ ਕੰਫਰਟੇਬਲ ਕਰ ਦਿੱਤਾ ਕਿ ਬਾਅਦ ਵਿੱਚ ਅਸੀਂ ਇੰਨੀਆਂ ਖੁੱਲੀਆਂ ਗੱਲਾਂ ਕਰਦੇ ਰਹੇ ਉਹਨਾਂ ਨਾਲ ਹਨਾ ਤੇ ਮਤਲਬ ਤਕਰੀਬਨ 1 ਸਵਾ ਘੰਟਾ ਉੱਥੇ ਬੈਠਣਾ ਉਹਨਾਂ ਦੇ ਕੋਲ ਸੋ ਇਹਨਾਂ ਕਾ ਪਿਆਰ ਦਿੱਤਾ ਅੱਗੇ ਪ੍ਰੋਜੈਕਟ ਜਿਹੜੇ ਸੀਗੇ ਉਹ ਮੈਨੂੰ ਪੁੱਛੇ ਵੀ ਕੀ ਕਰ ਰਹੇ ਹੋ ਕਿੱਦਾਂ ਕਿੱਦਾਂ ਕਰਕੇ ਜੋ ਉਹਨਾਂ ਨੇ ਗਾਈਡ ਕਰ ਸਕਦੇ ਸੀਗੇ ਆਪਣੇ ਐਕਸਪੀਰੀਅੰਸ ਦੇ ਵਿੱਚੋਂ ਤੇ ਉਹਨਾਂ ਨੇ ਮੈਨੂੰ ਗਾਈਡ ਵੀ ਕੀਤਾ ਉਸ ਤਰੀਕੇ ਦਾ ਤੇ ਓਏ ਇਹ ਇੱਕ ਮੇਰਾ ਲਿੰਕ ਉਹਨਾਂ ਨਾਲ ਜੁੜਿਆ ਹੋਇਆ ਪਰ ਵੀਰੇ ਦੇ ਕਰਕੇ ਤੁਹਾਡੀ ਪਹਿਲੀ ਮੁਲਾਕਾਤ ਕਿਹੜੀ ਸੀ ਯਾਦ ਆ ਤੁਹਾਨੂੰ ਪਹਿਲੀ ਮੁਲਾਕਾਤ ਤੁਸੀਂ ਕਹਿੰਦੇ ਹੋ ਅੱਜ 2018 ਤੁਹਾਨੂੰ ਯਾਦ ਵੀ ਨਹੀਂ ਹੋਣਾ ਭਾਜ ਨੂੰ ਯਾਦ ਨਹੀਂ ਹੋਣਾ ਮੈਂ ਇੱਕ ਪ੍ਰੋਗਰਾਮ ਸੀਗਾ ਚੈਨਲ ਦਾ ਤੇ ਉਹ ਮਤਲਬ ਸ਼ੂਟ ਕਰ ਰਹੇ ਸੀ ਅਸੀਂ ਫਰਸਟ ਮੁਲਾਕਾਤ ਥਰੀ ਸੀ ਤੋਂ ਸੀਗਾ ਮਤਲਬ ਸਲੂਨ ਦਾ ਸ਼ੂਟ ਕਰਨਾ ਸੀਗਾ ਅੱਛਾ ਤੇ ਮੈਂ ਨਹੀਂ ਸਜਾਨਦਾ ਮੇਰੇ ਮਤਲਬ ਫਰੈਂਡ ਹੈਗੇ ਤੇ ਜਤਿੰਦਰ ਨੂੰ ਨਿਆਲ ਜੀ ਹਾਂਜੀ ਹਾਂਜੀ ਤੁਸੀਂ ਜਾਣਦੇ ਹੋ ਹਾਂ ਤੇ ਉਹ ਮਤਲਬ ਉਹਨਾਂ ਨੇ ਫੋਨ ਕੀਤਾ ਵੀ ਇਸ ਤਰ੍ਹਾਂ-ਤਰ੍ਹਾਂ ਕਰਕੇ ਵੀ ਗੰਗਾ ਮਾ ਜੀ ਵੀ ਕੋਈ ਬੋਲਣ ਵਾਲਾ ਚਿਹਰਾ ਮੈਨੂੰ ਚਾਹੀਦਾ ਵੀ ਇੱਥੇ ਨਾ ਵੀ ਇਸ ਤਰੀਕੇ ਨਾਲ ਤੇ ਉਹਨਾਂ ਨੇ ਇਨਵਾਈਟ ਕੀਤਾ ਇਹਨਾਂ ਨੂੰ ਸਲੂਨ ਦੇ ਉੱਪਰ ਉੱਥੇ ਇੱਕ ਇੰਟਰਵਿਊ ਟਾਈਪ ਕਰਨਾ ਸੀਗਾ ਉਹਨਾਂ ਦੇ ਤੇ ਸਾਨੂੰ ਮਤਲਬ ਉੱਥੇ ਮਿਲੇ ਤੇ ਉਸ ਤੋਂ ਬਾਅਦ ਹਾਲਾਂਕਿ ਮੈਂ ਦੱਸਿਆ ਨਹੀਂ ਸੀਗਾ ਇਹਨਾਂ ਨੂੰ ਮਤਲਬ ਵੀ ਮੈਂ ਇਹਨਾਂ ਨੂੰ ਬਚਪਨ ਤੋਂ ਜਿਵੇਂ ਇਹਨਾਂ ਦੀ ਵੀ ਸੀਰੀਜ਼ ਵਗੈਰਾ ਪਹਿਲੇ ਦਮੇ ਸੀਗਾ ਮੇਰਾ ਮੈਂ 팬 ਸੀਗਾ ਮੈਂ 팬 ਟਾਈਪ ਸੀਗਾ ਤੇ ਮੈਂ ਦੱਸਿਆ ਨਹੀਂ ਉੱਥੇ ਹਾਂ ਫਿਰ ਉਸ ਤੋਂ ਬਾਅਦ ਇੱਕਦਮ ਮੇਰੇ ਮਾਈਂਡ 'ਚ ਬੈਠ ਗਿਆ ਕਿ ਇਹ ਬੰਦੇ ਨੂੰ ਮਤਲਬ ਆਪਾਂ ਕਿਤੇ ਯੂਜ਼ ਕਰਨਾ ਇਸ ਤਰੀਕੇ ਨਾਲ ਕਿਉਂਕਿ ਮੇਰੇ ਸ਼ੋਅ ਚ ਹੁੰਦੇ ਸੀਗੇ ਤੇ ਨੈਕਸਟ ਥੋੜੇ ਦਿਨਾਂ ਬਾਅਦ ਹੀ ਅਸੀਂ ਆਫਰ ਲੈ ਕੇ ਬਾਜੀ ਕੋਲ ਗਏ ਕਿ ਅਸੀਂ ਇੱਕ ਸ਼ੋਅ ਪਲਾਨ ਕਰ ਰਹੇ ਹਾਂ ਤੇ ਉਹ ਸਿਗਾ ਜ਼ਾਇਕਾ ਪੰਜਾਬ ਦਾ ਤੇ ਉਹ ਫੂਡ ਦੇ ਉੱਪਰ ਸ਼ੋਅ ਸੀਗਾ ਜੀ ਜੀ ਤੇ ਉਹ ਬਾਜੀ ਕਹਿੰਦੇ ਵੀ ਮੈਂ ਤਾਂ ਕਦੇ ਐਂਕਰਿੰਗ ਕੀਤੀ ਨਹੀਂ ਹਨਾ ਵੀ ਮਤਲਬ ਟੀਵੀ ਲਈ ਨਹੀਂ ਕੀਤੀ ਸਟੇਜ ਦੇ ਤਾਂ ਮਾਹਰ ਨੇ ਬਾਜੀ ਹਨਾ ਉਹ ਚੀਜ਼ ਵਾਸਤੇ ਤੇ ਇਹ ਕਹਿੰਦੇ ਵੀ ਟੀਵੀ ਲਈ ਨਹੀਂ ਮੈਂ ਕੀਤਾ ਹੈ ਨਾ ਮੈਂ ਕਿਹਾ ਬਾਕੀ ਸਾਰਾ ਕੁਝ ਉਹ ਮੇਰੇ ਤੇ ਛੱਡੋ ਕਿਉਂਕਿ ਮੈਂ ਬੋਲਣ ਦਾ ਇੱਕ ਲਹਿਜ਼ਾ ਇਹਨਾਂ ਦਾ ਵੇਖ ਲਿਆ ਹੋਇਆ ਸੀਗਾ ਉਸ ਚੀਜ਼ ਤੋਂ ਤੇ ਉਸ ਤੋਂ ਬਾਅਦ ਮਤਲਬ ਸ਼ੂਟ ਜਿਹੜਾ ਪ੍ਰੋਗਰਾਮ ਕੀਤਾ ਉਹ ਪ੍ਰੋਗਰਾਮ ਨੂੰ ਇੰਨਾ ਜ਼ਿਆਦਾ ਪਿਆਰ ਮਿਲਿਆ ਉਹ ਵੀ ਬਹੁਤ ਜ਼ਿਆਦਾ ਪਪੂਲਰ ਰਿਹਾ ਆਪਣੇ ਟਾਈਮ ਤੇ ਸੋ ਇਹ ਮਿਲਗਾ ਦਾ ਸਿਲਸਿਲਾ ਫਿਰ ਉਸ ਤੋਂ ਬਾਅਦ ਜਦੋਂ ਅਵਤਾਰ ਸੈੱਟ ਤੇ ਹੋਣ ਮੈਨੂੰ ਲੱਗਾ ਤੁਹਾਨੂੰ ਕੋਈ ਫਿਰ ਦਿੱਕਤ ਨਹੀਂ ਹੁੰਦੀ ਹੋਊਗੀ ਕਿ ਯਾਰ ਬੈਠਾ ਮੈਨੂੰ ਕਿਉਂਕਿ ਪਤਾ ਕੀ ਹੁੰਦਾ ਕਈ ਵਾਰੀ ਸੰਤੁਸ਼ਟੀ ਜਿਹੜੀ ਹੁੰਦੀ ਨਾ ਵੀ ਕਿਸੇ ਵੀ ਐਕਟਰ ਨੂੰ ਹਨਾ ਕਿਸੇ ਵੀ ਫੀਲਡ ਵਿੱਚ ਉਹਨੂੰ ਸੰਤੁਸ਼ਟੀ ਨਹੀਂ ਹੁੰਦੀ ਵੀ ਮੈਨੂੰ ਹਾਂ ਮੈਨੂੰ ਯਕੀਨ ਹੁੰਦਾ ਵੀ ਇਹ ਬਣਾ ਲੂਗਾ ਸੀ ਇਹਨੂੰ ਮੈਨੂੰ ਇਹ ਹੁੰਦਾ ਨਾ ਅਸੀਂ ਤਾਂ ਸ਼ੋਅ ਕਰਦੇ ਸੀ ਨਾ ਕਦੀ ਸਕ੍ਰਿਪਟ ਨਹੀਂ ਲਿਖੀ ਹੈ ਨਾ 250 ਸ਼ੋਅ ਕੀਤਾ ਉਹਦਾ ਅਸੀਂ ਜ਼ੈਕਾ ਪੰਜਾਬ ਦੇ ਪਹਿਲਾਂ ਕੀਤੇ ਆ ਫਿਰ ਦੇਸੀ ਪੰਜਾਬ ਦੇ 250 ਸ਼ੋਅ ਕੀਤੇ ਅਸੀਂ ਪਿੰਡਾਂ ਦੇ ਵਿੱਚ ਕੋਈ ਜ਼ਿਲ੍ਹੇ ਦਾ ਪਿੰਡ ਛੱਡਿਆ ਨਹੀਂ ਅਸੀਂ ਨਾ ਤਾਂ ਅਸੀਂ ਜੇ ਇਹ ਇਹਦੇ ਮਾਨ ਚ ਕੋਈ ਆਉਂਦਾ ਸੀ ਇਦਾਂ ਦਾ ਕਰਨਾ ਇਹ ਮਾੜਾ ਜਾਂ ਮਤਲਬ ਛੇੜਦਾ ਹੀ ਮੈਨੂੰ ਵੀ ਭਾਜੀ ਟਿਊਨਿੰਗ ਜਿਹੜੀ ਹੈਗੀ ਉਹ ਬਣ ਜਾਂਦੀ ਹੈ ਬਸ ਇਹਦੋਂ ਗਾਣੀ ਬੋਲਣਾ ਮੈਂ ਆਪੇ ਕਰ ਲਊਗਾ ਮਤਲਬ ਟਿਊਨਿੰਗ ਹੁੰਦੀ ਆ ਮੇਨੂੰ ਮਾਨ ਹੈ ਕਿ ਇਹ ਕਰ ਲੈਂਦਾ ਵੀ ਜੇ ਇਹਨੇ ਕਹਿਤਾ ਨਾ ਕਰ ਲੂਗਾ ਕਈ ਵਾਰ ਮੈਂ ਇਹਨੂੰ ਕਹਿੰਦਾ ਮੇਰਾ ਉਤਾਰ ਤੇ ਤੋ ਹੋਣਾ ਨਹੀਂ ਇਹ ਕਹਿੰਦਾ ਮੈਨੂੰ 네ਗੇਟਿਵ ਨਾ ਕਰਿਆ ਕਰ ਵੀ ਪੋਜ਼ਿਟਿਵ ਕਰਦੇ ਆ ਵੀ ਪੋਜ਼ਿਟਿਵ ਕਰੇ ਗਾਣਾ ਸਾਨੂੰ ਵੀ ਪੋਜ਼ਿਟਿਵ ਅੱਛਾ ਇਹ ਟਾਈਟਲ ਵੀ ਇੰਨੇ ਲਿਖਿਆ ਅੱਛਾ ਕਹਿੰਦਾ ਵੀ ਟਾਈਟਲ ਮਤਲਬ ਵੀ ਪੋਜ਼ਿਟਿਵ ਰੱਖੀ ਭਾਜੀ ਮੈਂ ਰੱਖ ਲਵਾਂ ਵੀ ਪੋਜ਼ਿਟਿਵ ਦੀਆਂ ਹੁਣ ਦੋ ਲੈਣਾ ਸੁਣਾ ਦਿਓ ਵਧੀਆ ਹਾਂ ਵਧੀਆ ਤਾਂ ਉੱਤੇ ਸਾਰਾ ਗਾਣਾ ਹੀ ਵਧੀਆ ਵਸੀਂ ਸੁਣ ਵੀ ਲਿਆ ਸਾਰਿਆਂ ਨੇ ਤੁਸੀਂ ਤੁਸੀਂ ਗੀਤ ਸੁਣ ਵੀ ਰਹੇ ਹੋ ਔਰ ਵੀਡੀਓ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਤਾਂ ਇਸ ਗੀਤ ਦੀਆਂ ਦੋ ਲੈਣਾ ਸੁ ਸਨਾਉ ਜੀ ਮੈਨੂੰ ਆਪਣੇ ਸਾਰੇ ਬੋਤੀ ਸੋਹਣੇ ਲੱਗਦੇ ਮੈਨੂੰ ਹਰ ਅੰਤਰਾ ਹੀ ਸੋਹਣਾ ਲੱਗਦਾ ਮੈਨੂੰ ਐ ਲੱਗਦਾ ਮੇਰੇ ਹਾਨ ਦਾ ਹੈਗਾ ਨਾ ਜੇ ਹੱਥੀ ਬੂਟਾ ਲਾਵੇਂਗਾ ਜੇ ਹੱਥੀ ਪਾਣੀ ਪਾਵੇਂਗਾ ਜੇ ਹੱਥੀ ਬੂਟਾ ਲਾਵੇਂਗਾ ਜੇ ਹੱਥੀ ਪਾਣੀ ਪਾਵੇਂਗਾ ਤੇਰੀ ਮੁਠੀ ਦੇ ਵਿੱਚ ਚਾਰੇ ਪੱਤੇ ਹੋਵਣਗੇ ਓਏ ਹਿੰਮਤ ਤੇ ਰੱਖ ਯਾਰ ਕਿ ਸੁਪਨੇ ਸੱਚੇ ਹੋਣਗੇ ਹਿੰਮਤ ਤੇ ਰੱਖ ਯਾਰ ਕੇ ਸੁਪਨੇ ਸੱਚੇ ਹੋਣਗੇ ਇਹ ਗੀਤ ਤਾਂ ਹਿੱਟ ਹੋ ਗਿਆ ਸਾਰੇ ਥਾਂ ਵਾਇਰਲ ਵੀ ਹੋ ਰਿਹਾ ਸੀ ਰੀਲਾਂ ਵੀ ਦੇਖ ਰਹੇ ਆ ਹੁਣ ਅਗਲੀ ਤਿਆਰੀ ਕਿਹੜੀ ਆ ਕਿਉਂਕਿ ਹੌਸਲਾ ਆ ਜਾਂਦਾ ਜਦੋਂ ਗੀਤ ਚੱਲ ਪੈਂਦਾ ਅਗਲੀ ਤਿਆਰੀ ਕਿਹੜੀ ਐ ਇਸ ਟੀਮ ਦੀ ਕਿ ਜਿਹੜੇ ਗੀਤਕਾਰ ਸਾਡੇ ਭਰਾ ਹੁੰਦੇ ਨਾ ਮੈਂ ਅਕਸਰ ਦੇਖਿਓ ਬੀਟ ਗਾਣੇ ਨੂੰ ਕਿਉਂਕਿ ਬੀਟ ਗਾਣਾ ਸੌਖਾ ਹੁੰਦਾ ਹਨਾ ਸਾਡੇ ਲਈ ਤੇ ਸੈਡ ਗਾਣਾ ਸਾਨੂੰ ਔਖਾ ਰੋਮਾਂਟਿਕ ਗਾਣਾ ਅਗਲਾ ਗਾਣਾ ਸੀ ਰੋਮਾਂਟਿਕ ਕੀਤਾ ਹਨਾ ਤੋਂ ਉਹ ਵੀ ਸਟੂਡੀਓ 'ਚ ਬੈਠੇ ਸੀ ਅਸੀਂ ਤੇ ਮੈਂ ਕਿਹਾ ਯਾਰ ਆ ਲਾਈਨਾਂ ਲਿਖੀਆਂ ਕਹਿੰਦਾ ਯਾਰ ਬੜੀਆਂ ਵਧੀਆ ਮੈਂ ਕਿਹਾ ਕਿਸੇ ਨੂੰ ਦਿੰਨੇ ਆਪਾਂ ਕਿਸੇ ਵਧੀਆ ਸਿੰਗਰ ਤੋਂ ਕਰਾ ਲੈਂ ਆ ਕਹਿੰਦਾ ਨਹੀਂ ਆਪ ਕਰਨਾ ਉਤਾਰ ਕਰਨਾ ਮੈਂ ਕਿਹਾ ਮੈਨੂੰ ਤਾਂ ਗਾ ਨਹੀਂ ਹੁਣ ਰੋਮਾਂਟਿਕ ਨੂੰ ਗਾਉਣਾ ਬਹੁਤ ਔਖਾ ਦਾ ਕਹਿੰਦਾ ਨਹੀਂ ਤੁਸੀਂ ਆਪਣੇ ਸਟਾਈਲ 'ਚ ਗਾਓ ਮਨ ਲਾ ਤੁਸੀਂ ਆਪ ਦੇ ਗੀਤਾਂ 'ਚੋਂ ਇੱਕ ਗਾਮਾ ਸਿੱਧੂ ਅਲੱਗ ਪੈਦਾ ਹੋਊਗਾ ਜਿਵੇਂ ਕਈ ਵੱਡੇ ਕਲਾਕਾਰ ਪੈਦਾ ਕੋਸ਼ਿਸ਼ ਕੋਸ਼ਿਸ਼ ਇਹ ਹੁੰਦੀ ਹੈ ਐਜ਼ ਏ ਮਤਲਬ ਰਾਈਟਰ ਜਿੰਨਾ ਸੋਹਣਾ ਲਿਖਦੇ ਆ writer ਤਾਂ ਨਾ ਰੂ ਜੁੜ ਜਾਂਦੀ ਹੈ ਆਪਣੇ ਗੀਤ ਦੇ ਨਾਲ ਉਸ ਰਾਈਟਰ ਨੂੰ ਪਤਾ ਹੁੰਦਾ ਕਿ ਇਹ ਗਾਣਾ ਮੈਂ ਕਿਵੇਂ ਲਿਖਿਆ ਕਿਵੇਂ ਲਿਖਿਆ ਕਿਹੜੇ ਮੂਡ ਚ ਲਿਖਿਆ ਹੈ ਔਰ ਇਹਨੂੰ ਕਿਵੇਂ ਨਿਭਾਉਣਾ ਹੈ ਹਣਾ ਸੋ ਅਗਰ ਤੁਸੀਂ ਇੱਕ ਗਾਣਾ ਕੀਤਾ ਹੈਗਾ ਕਮਰਸ਼ੀਅਲੀ ਕਰ ਰਹੇ ਹੋ ਤਾਂ ਫਿਰ ਤੁਹਾਨੂੰ ਬੈਕ ਟੂ ਬੈਕ ਆਉਣਾ ਪਵੇਗਾ ਤੁਸੀਂ ਰਿਕਵਰਡ ਕਿਤੇ ਉੱਥੇ ਮਤਲਬ ਜਿੱਥੇ ਬ੍ਰੇਕ ਲਗਾ ਦਿੱਤੀ ਦੁਨੀਆ ਤਾਂ ਦੇਖੋ ਤੁਹਾਨੂੰ ਰੋਕਣ ਲਈ ਤਿਆਰ ਬੈਠੀ ਹੈ ਬਿਲਕੁਲ ਤੁਸੀਂ ਇਹ ਜਿਵੇਂ ਕਹ ਲਿਆ ਕਿ ਤੱਕੇ ਨਾਲ ਅੱਗੇ ਆਉਣਾ ਹੀ ਪੈਂਦਾ ਹੈਗਾ ਇੰਡਸਟਰੀ ਹੈ ਜਾਂ ਕੋਈ ਵੀ ਹੈ ਕੋਈ ਰੁਕੇਗਾ ਨਹੀਂ ਇਹਦੇ ਵਿੱਚ ਕਿਸੇ ਦੀ ਕੋਈ ਬਰਾਈ ਨਹੀਂ ਹੈ ਬਿਲਕੁਲ ਕੋਈ ਵੀ ਦੇਖੋ ਕੋਈ ਵੀ ਆਪਣੇ ਫੀਲਡ ਵਿੱਚ ਉਹ ਰੁਕੇਗਾ ਨਹੀਂ ਉਹ ਤਾਂ ਚੱਲ ਰਿਹਾ ਜੇ ਤੁਸੀਂ ਰੁਕ ਗਏ ਤਾਂ ਤੁਸੀਂ ਪਿੱਛੇ ਰਹਿ ਜਾਉਗੇ ਸੋ ਸਾਨੂੰ ਇੱਕ Song ਤੋਂ ਬਾਅਦ ਦੋ ਦੂਸਰਾ Song ਦੂਸਰੇ ਤੋਂ ਬਾਅਦ ਤੀਸਰਾ ਇਹ ਕਰਨਾ ਹੀ ਪੈਣਾ ਸੋ ਅਸੀਂ ਤਿਆਰ ਹਾਂ ਨੈਕਸਟ Song ਅਸੀਂ ਸਾਡਾ ਮਤਲਬ ਆਡੀਓ ਤਿਆਰ ਹੈ ਦੈਨ ਉਸ ਤੋਂ ਬਾਅਦ ਵੀਡੀਓਜ਼ ਦੀ ਜਿਹੜਾ ਹੈਗਾ ਪ੍ਰੋਜੈਕਟ ਦੇ ਉੱਪਰ ਤਿਆਰੀ ਚੱਲ ਰਹੀ ਹੈ ਤੇ ਤੀਸਰੇ ਦੇ ਅਸੀਂ ਸੋਚ ਲਿਆ ਤਾਂ ਗਾਮਾ ਜੀ ਤੁਹਾਨੂੰ ਰਾਸ਼ਟਰਪਤੀ ਅਵਾਰਡ ਮਿਲਿਆ ਉਸ ਉਸ ਦੇ ਬਾਰੇ ਜ਼ਿਕਰ ਤੁਸੀਂ ਇੱਕ ਵਾਰੀ ਪੋਸਟ 'ਚ ਨਾ ਜ਼ਿਕਰ ਕੀਤਾ ਸੀ ਕਿ ਤੁਹਾਨੂੰ ਹਿੰਦੀ ਦੇ ਵਿੱਚ ਟ੍ਰੇਨਿੰਗ ਦਿੱਤੀ ਗਈ ਸੀ ਉੱਥੇ ਤੁਸੀਂ ਪੰਜਾਬੀ ਦਾ ਝੰਡਾ ਗੱਡਿਆ ਪੰਜਾਬੀ ਦਾ ਮਾਣ ਵਧਾਇਆ ਹਨਾ ਰਾਸ਼ਟਰਪਤੀ ਅੱਗੇ ਕੀ ਮੁਲਾਕਾਤ ਹੋਈ ਜਦੋਂ ਤੁਸੀਂ ਪੰਜਾਬੀ 'ਚ ਸ਼ਬਦ ਬੋਲੇ ਤਾਂ ਅੱਗੋਂ ਉਹਨਾਂ ਦਾ ਕੀ ਰਿਸਪੌਂਸ ਸੀ ਕਿਉਂਕਿ ਅਕਸਰ ਜਦੋਂ ਵੱਡੇ ਵੱਡੇ ਤਖਤਿਆਂ 'ਤੇ ਬੰਦੇ ਪਹੁੰਚ ਜਾਂਦੇ ਨੇ ਤਾਂ ਭੁੱਲ ਜਾਂਦੇ ਆਂ ਕਈ ਵਾਰ ਜਿਵੇਂ ਸਿਖਾ ਦਿੱਤਾ ਓਵੇਂ ਬੋਲ ਦਿੰਦੇ ਆ ਪਰ ਤੁਸੀਂ ਆਪਣੀ ਪੰਜਾਬੀ ਭਾਸ਼ਾ ਨਹੀਂ ਛੱਡੀ ਔਰ ਰਾਸ਼ਟਰਪਤੀ ਅਵਾਰਡ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਉਹਨਾਂ ਸਮੇਂ ਸਿਰਫ ਦੋ ਬੰਦਿਆਂ ਨੂੰ ਮਿਲਿਆ ਸੀ ਤੁਹਾਨੂੰ ਤੇ ਕੁਲਿਆਣੇ ਦੇ ਕੁੜੀ ਸੀ ਹਾਂ ਕੁੜੀ ਸੀ ਤਾਂ ਕੀ ਸੀ ਉਹ ਸਾਰਾ ਕਿਵੇਂ ਉਹ ਸਾਰਾ ਤੁਹਾਨੂੰ ਸਿਖਾਇਆ ਕਿਵੇਂ ਜਾਂਦਾ ਸੀ ਪਹਿਲੀ ਕਾਲੋ ਰਾਸ਼ਟਰਪਤੀ ਅਵਾਰਡ ਮਿਲਿਆ ਕਿਉਂ ਸੀਗਾ ਐਕਚੁਅਲੀ ਕਹਿੰਦਾ ਮੈਂ ਸੋਸ਼ਲ ਵਰਕ ਉਹ ਚਾਰ ਫੀਲਡ ਨੇ ਉਹਦੇ ਸਮਾਜਿਕ ਹੋ ਗਿਆ ਸੱਭਿਆਚਾਰਕ ਹੋ ਗਿਆ ਕਲਚਰਲ ਐਕਟੀਵਿਟੀਆਂ ਜਿਹੜੀਆਂ ਤੁਸੀਂ ਕੀਤੀਆਂ ਸਪੋਰਟਸ ਅਚੀਵਮੈਂਟਸ ਤੁਹਾਡੀਆਂ ਕੀ ਹੈਗੀਆਂ ਆ ਦੈਨ ਐਡਵੈਂਚਰ ਕੀ ਹੈਗਾ ਤੁਸੀਂ ਐਡਵੈਂਚਰ ਲਈ ਕੀ ਕੀਤਾਗਾ ਸਸਤੀ ਗਤੀਵਿਧੀਆਂ ਜਿਹਨੂੰ ਅਸੀਂ ਪੰਜਾਬੀ ਜੀ ਕਹਿੰਦੇ ਨੇ ਉਸ ਫੀਲਡ ਵਿੱਚ ਮਿਲਦਾ ਤੇ ਉਹਦੇ ਵਿੱਚ ਤੁਹਾਡੇ ਪੁਆਇੰਟਸ ਹੁੰਦੇ ਆ ਸਾਰਿਆਂ ਦੇ ਪੁਆਇੰਟ ਜਿਹੜੇ ਆ ਉਹ ਬਰਾਬਰ ਚੱਲਨੇ ਚਾਹੀਦੇ ਆ ਤੁਸੀਂ ਖੂਨਦਾਨ ਕਰ ਰਹੇ ਹੋ ਕਿਤੇ ਕੀ ਕਰ ਰਹੇ ਮੈਂ ਤਾਂ ਕਾਰਗਲ ਚ ਜਦੋਂ ਪ੍ਰੋਬਲਮ ਆਈ ਸੀ ਜੰਗ ਲੱਗਿਆ ਸੀ ਉੱਥੇ ਵੀ ਅਸੀਂ ਰਾਸ਼ਨ ਵੰਡ ਗਏ ਸਾਡੀ ਸੰਸਥਾਵਾਂ ਵੜਦੀਆਂ ਰਹੀਆਂ ਔਰ 오ੜੀਸਾ ਚ ਗੁਜਰਾਤ ਜਿੱਥੇ ਪ੍ਰੋਬਲਮ ਆਈ 21 ਸਾਲ ਕੰਟੀਨਿਊ ਮੈਂ ਸਮਾਜ ਸੇਵਾ ਮੈਂ ਸਮਝੋ ਮੈਂ ਕਦੇ ਕਦੇ ਵੜਦਾ ਸੀ ਸਮਾਜ ਸੇਵਾ ਦੇ ਖੇਤਰ ਚ ਔਰ ਕਲਚਰਲ ਜਿਹੜੀ ਵੀ ਯੂਥ ਫੈਸਟੀਵਲ ਕਿਤੇ ਵੀ ਗਿਆ ਮੈਂ ਕਿਤੇ ਜਿੱਨ ਆ ਗਿਆ ਕਿਤੇ ਹਾਰ ਗਿਆ ਕੋਈ ਮੈਟਰ ਨਹੀਂ ਤੇ ਐਡਵੈਂਚਰ ਮੈਂ ਹਾਈਕਿੰਗ ਟਰੈਕਿੰਗ ਬਹੁ ਕੀਤੀ ਆ ਹਰ ਫੀਲਡ ਵਿੱਚ ਮੈਂ ਆਪ ਦਾ ਉਹ ਅਜਮਾਇਆ ਸਪੋਰਟਸ ਮੈਂ ਆਲਰੇਡੀ ਮੈਂ ਐਮ ਐਮ ਪੀ ਐਡ ਕੀਤੀ ਮਾਸਟਰ ਆਫ ਫਿਜ਼ੀਕਲ ਐਜੂਕੇਸ਼ਨ ਕੀਤੀ ਹੈ ਐਮ ਫਿਲ ਕੀਤੀ ਹੈ ਤੇ ਪੀ ਐਚ ਡੀ ਮੈਂ ਵਿੱਚ ਚੜਦੀ ਸੀ ਔਰ ਜਰਨਲਿਜ਼ਮ ਚ ਮੈਂ ਡਿਪਲੋਮਾ ਕੀਤਾ ਪੰਜਾਬੀ ਯੂਨੀਵਰਸਿਟੀ ਤੋਂ ਮਤਲਬ ਜਿਹੜਾ ਮੇਰੇ ਜੀਜਾ ਕਰਦਾ ਮੈਂ ਕਰ ਲੈਣਾ ਤੇ ਉਹ ਇਸ ਫੀਲਡ ਵਿੱਚ ਰਾਸ਼ਟਰਪਤੀ ਮੈਨੂੰ ਅਵਾਰਡ ਜਿਹੜੇ ਉਹ ਸੈਲੀਬ੍ਰਿਟੀ ਰੱਖੀ ਗਈ ਸੀ ਪਰਨ ਮੁਖਰਜੀ ਜਿਹੜੇ ਜਿਹੜੇ ਹੁ ਉਹ ਸਾਡੇ ਰਾਸ਼ਟਰਪਤੀ ਸੀ ਉਹ ਪ੍ਰੋਟੋਕਾਲ ਹੁੰਦਾ ਇੱਕ ਦਿਨ ਪਹਿਲਾਂ ਤੁਹਾਡੀ ਰੈਸਲ ਹੁੰਦੀ ਹੈ ਫਿਰ ਤੁਹਾਨੂੰ ਸਿਖਾਇਆ ਜਾਂਦਾ ਵੀ ਇਦਾਂ ਦਾ ਆ ਬੋਲਣਾ ਇੱਥੇ ਬੋਲਣਾ ਆ ਟਾਈਮ ਹੈ ਥੋੜੀ ਦੂਰੀ ਤੇ ਉਹਨਾਂ ਤੋਂ ਜਦੋਂ ਵਾਰਡ ਲੈਣਾ ਤਾਂ ਉਹ ਵੀ ਇੱਕ ਸਟੈਪ ਤੇ ਨੀਚੇ ਹੁੰਦੇ ਹੋ ਤੁਸੀਂ ਤੇ ਉਹ ਵੀ ਦੱਸਿਆ ਜਾਂਦਾ ਇੱਕ ਸੈਕਿੰਡ ਲਈ ਤੁਸੀਂ ਇੱਧਰ ਨੂੰ ਦੇਖਣਾ ਰਾਸ਼ਟਰਪਤੀ ਸਾਹਿਬ ਵੀ ਦੇਖਦੇ ਆ ਤੁਸੀਂ ਦੇਖਣਾ ਜਿਹੜੀਆਂ ਇੱਕ ਸੈਕਿੰਡ ਚ ਕਿੰਨੀਆਂ ਕਲਿਕਸ ਹੋ ਜਾਂਦੀਆਂ ਕਿੰਨੇ ਕੈਮਰੇ ਵੱਡੇ ਵੱਡੇ ਲੱਗੇ ਬਿਲਕੁਲ ਬਿਲਕੁਲ ਉਹ ਸਾਰਾ ਹੁੰਦਾ ਵੀ ਇੱਥੇ ਆਉਣਾ ਇੱਥੇ ਆ ਕੇ ਤੁਸੀਂ ਤੁਹਾਡੇ ਬਾਰੇ ਬੋਲਿਆ ਜਾਊਗਾ ਤੁਸੀਂ ਖੜੋ ਹੋਗੇ ਫਿਰ ਇੱਥੇ ਆ ਕੇ ਤੁਸੀਂ ਗੁੱਡ ਈਵਨਿੰਗ ਬੋਲਣਾ ਨਮਸਕਾਰ ਬੋਲਣਾ ਗੁੱਡ ਈਵਨਿੰਗ ਜ਼ਿਆਦਾ ਸੁਗਾਉਂਦੇ ਵੀ ਤੁਸੀਂ ਕਿਉਂਕਿ ਆਫਟਰਨੂਨ ਹੁੰਦਾ ਪ੍ਰੋਗਰਾਮ ਤਾਂ ਮੈਂ ਜਾ ਕੇ ਮੈਂ ਸਸੀ ਗੱਲ ਜੀ ਹਾਂ ਉਹ ਵੀ ਹੁਣ ਸਾਡੇ ਪਿੱਛੇ ਅਫਸਰ ਬੈਠੇ ਹੁੰਦੇ ਨੇ ਨੈਚੁਰਲੀ ਉਹ ਪ੍ਰੋਟੋਕਾਲ ਦੀ ਲੰਘਣਾ ਹੁੰਦੀ ਹੈ ਮੈਂ ਕਿਹਾ ਜੀ ਸਸੀ ਗੱਲ ਜੀ ਉਹਨਾਂ ਵੀ ਉਹ ਜਵਾਬ ਦਿੱਤਾ ਸਸੀ ਗੱਲ ਜੀ ਅੱਛਾ ਪੂਰਾ ਦਿੱਤਾ ਹਾਂ ਮੈਨੂੰ ਕਹਿੰਦੇ ਆ ਕਿ ਮੈਂ ਕਿਹਾ ਮੇਰੇ ਮਨ ਚ ਆਇਆ ਮੈਂ ਕਿਉਂ ਨਾ ਪੰਜਾਬੀ ਬੋਲਾਂ ਤੇ ਮੈਂ ਕਿਹਾ ਕਿਤੇ ਮੈਂ ਅਫਗਾਨਿਸਤਾਨ ਦੀ ਭਾਸ਼ਾ ਥੋੜੀ ਬੋਲੀ ਕਹਿੰਦੇ ਨਹੀਂ ਨਹੀਂ ਸਾਨੂੰ ਖੁਸ਼ੀ ਹੋਈ ਕਿ ਤੂੰ ਹੌਸਲਾ ਲੈਣਾ ਬੋਲਿਆ ਤਾਂ ਇਹ ਥੋੜਾ ਇੱਕ ਕਿੱਸਾ ਹੈਗਾ ਪਰ ਆਪਦੇ ਅੰਦਰ ਵੀ ਹੌਸਲਾ ਆਉਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਇੱਕ ਰਾਸ਼ਟਰਪਤੀ ਅੱਗੇ ਤੁਸੀਂ ਪ੍ਰੋਟੋਕੋਲ ਨੂੰ ਪਾਸੇ ਕਰਕੇ ਆਪਣੀ ਪੰਜਾਬੀ ਭਾਸ਼ਾ ਨੂੰ ਅੱਗੇ ਲਿਆ ਕੇ ਆਏ ਤੇ ਉਹਨਾਂ ਦੇ ਮਨ ਦੇ ਵਿੱਚ ਵੀ ਸਪੈਸ਼ਲ ਤਸਵੀਰ ਥੋੜੀ ਛੱਪ ਗਈ ਹੋਣੀ ਬਿਲਕੁਲ ਉਸ ਤੋਂ ਬਾਅਦ ਉਸ ਤੋਂ ਬਾਅਦ ਨਾ ਜਦੋਂ ਤੁਸੀਂ ਉੱਥੋਂ ਅਵਾਰਡ ਸੈਰੇਮਨੀ ਹੁੰਦੀ ਹੈ ਉਸ ਤੋਂ ਬਾਅਦ ਪਿੱਛੇ ਤੁਹਾਨੂੰ ਤਾਂ ਪਿੱਛੇ ਆ ਕੇ ਫਿਰ ਕੁਰਸੀਆਂ ਲੱਗੀਆਂ ਹੁੰਦੀਆਂ ਉੱਥੇ ਜੁਆਇੰਟ ਜਿੰਨੇ ਆਡੀਜ਼ ਹੁੰਦੇ ਸੀ 27 ਸੀਗੇ ਆਲ ਇੰਡੀਆ ਚੋਂ ਤਾਂ ਉਹਨਾਂ ਨਾਲ ਇੱਕ ਤਸਵੀਰ ਹੋਣੀ ਮੇਰੇ ਮੇਰੀ ਜਿਹੜੀ ਸੀਗੀ ਜਗਾ ਉਹ ਕੁਰਸੀ ਤੇ ਬਿਲਕੁਲ ਨਾਲ ਸੀ ਰਾਸ਼ਟਰਪਤੀ ਸਾਹਿਬ ਦੇ ਤਾਂ ਮੈਂ ਉੱਥੇ ਜਾ ਕੇ ਫਿਰ ਪੁੱਛ ਲਿਆ ਮਾਈਸਟਰ ਸੇਬ ਠੀਕ ਰਹਿੰਦੀ ਹਾਂ ਉਹ ਮੈਨੂੰ ਨਾਲ ਜਤਿੰਦਰਾ ਸਿੰਘ ਸੀਗੇ ਮਿਨਿਸਟਰ ਉਸ ਟਾਈਮ ਕਲਚਰਲ ਡਿਪਾਰਟਮੈਂਟ ਦੇ ਉਹ ਕਹਿੰਦੇ ਨਹੀਂ ਪੁੱਛਣਾ ਮੈਂ ਕਿਹਾ ਕੋਈ ਗੱਲ ਨਹੀਂ ਸਿਹਤ ਪੁੱਛ ਰਿਹਾ ਇਹਨੇ ਹਾਂ ਬੇਟਾ ਠੀਕ ਹਾਂ ਅੱਛਾ ਤੇ ਮੇਰਾ ਮਨ ਜਾ ਕੀਤਾ ਮੈਂ ਪੁੱਛਾਂ ਸੀ ਮੱਲੋਂ ਉੱਥੇ ਜਾ ਕੇ ਵੀ ਮੌਲ ਤੁਸੀਂ ਉਵੇਂ ਰੱਖਿਆ ਜਿ ਤੁਸੀਂ ਨਾ ਬਣ ਹੈ ਯਾਰ ਬਿਲਕੁਲ ਦੀ ਇਸ ਦੀ ਪਹਿਲੀ ਵੋਟ ਨੇ ਸਭ ਤੋਂ ਵੱਡਾ ਅਹੁਦਾ ਉਹਨਾਂ ਕੋਲ ਦੇਜਦਾ ਨਾ ਔਰ ਪਹਿਲੀ ਵੋਟ ਨੇ ਤੇ ਮੇਰਾ ਜੀ ਕਿਤਾ ਕਿਉਂ ਨਾ ਉਹਨਾਂ ਨਾਲ ਗੱਲ ਅੱਜ ਮੈਨੂੰ ਮੌਕਾ ਮਿਲਿਆ ਉਸ ਤੋਂ ਬਾਅਦ ਜਦੋਂ ਉਹ ਰਿਟਾਇਰ ਹੋ ਗਏ ਉਸ ਤੋਂ ਬਾਅਦ ਵੀ ਅਸੀਂ ਇੱਕ ਵਾਰੀ ਸਾਡੀ ਫੈਡਰੇਸ਼ਨ ਬਣੀ ਨੈਸ਼ਨਲ ਵਾਲੇ ਅਸੀਂ ਉਹਨਾਂ ਦੇ ਘਰੇ ਜਾ ਕੇ ਫੇਰ ਆਏ ਉਹਨਾਂ ਦੀ ਡੈਥ ਤੋਂ ਥੋੜੀ ਦੇਰ ਪਹਿਲਾਂ ਅਸੀਂ ਮਿਲ ਕੇ ਆਏ ਸਪੈਸ਼ਲ ਫੇਰ ਗਏ ਸੀ ਉਹਨਾਂ ਦੇ ਹਾਂ ਸਗਾਂਮਾ ਜੀ ਤੁਹਾਡੇ ਗੀਤ ਕਿਹੜੇ ਕਿਹੜੇ ਨੇ ਕਿਉਂਕਿ ਲੋਕ ਜਾਣਨਾ ਚਾਹੁੰਦੇ ਨੇ ਕਿ ਕਿੱਡੇ ਵੱਡੇ ਵੱਡੇ ਗੀਤ ਆਹ ਗੀਤ ਮੈਂ ਜ਼ਿਆਦਾ ਨਹੀਂ ਲਿਖਦਾ ਬਹੁਤ ਘੱਟ ਲਿਖਦਾ ਜਿਨ੍ਹਾਂ ਚੋ ਸੁਤਿੰਦਰ ਸਰਤਾਜ ਹੋਰਾਂ ਦਾ ਗੀਤ ਜਿਹੜਾ ਜ਼ਿੰਦਗੀ ਚ ਕਿੱਡਾ ਵੱਡਾ ਕਹਿਰ ਹੋ ਗਿਆ ਸੱਜਣ ਬਣਾਉਣ ਵਾਲਾ ਕਹਿਰ ਹੋ ਗਿਆ ਔਰ ਕੁਲਵਿੰਦਰ ਬਿੱਲੇ ਦੇ ਦੋ ਗੀਤ ਆ ਮੇਰੇ ਪੁੱਨ ਖੱਟਲਾ ਯਾਰੀਆਂ ਲਾਲਾ ਦੇ ਮਿੱਤਰਾਂ ਦੀ ਕੋਈ ਵੀ ਨਹੀਂ ਯੂਥ ਨੇ ਬੜਾ ਪਸੰਦ ਕੀਤਾ ਸੀ ਔਰ ਇੱਕ ਗਾਣਾ ਹੋਰ ਸੀ ਜਿਹੜਾ ਰੋਮਾਂਟਿਕ ਸੀਗਾ ਬਹੁਤ ਫੀਲ ਚ ਗਿਆ ਬਿੱਲੇ ਨੇ ਮੈਨੂੰ ਬਹੁਤ ਪਸੰਦ ਲੱਗਦਾ ਜਦੋਂ ਉਹਦੇ ਬੋਲ ਆਉਂਦੇ ਨੇ ਨਾ ਤੈਨੂੰ ਪਾਉਣ ਤੋਂ ਪਹਿਲਾਂ ਹੀ ਬੜਾ ਦਿਲ ਡਰਦਾ ਸੀ ਤੈਨੂੰ ਪਾ ਕੇ ਵੀ ਦਿਲ ਡਰਦਾ ਕਿਤੇ ਖੋ ਨਾ ਬੈਠਾ ਇਹ ਗਾਣਾ ਮੇਰਾ ਸੀ ਐਮੀ ਵਿਰਕ ਨੇ ਦੋ ਗਾਣੇ ਗਾਏ ਮੇਰੇ ਮਿਸ ਪੂਜਾ ਹੋਰਾਂ ਔਰ ਧਰਵੀਰ ਥਾਂਦੀ ਹੋਰਾਂ ਦਾ 1 2009 ਚ ਕਲਿੱਕ ਹੋਇਆ ਸੀ ਗਾਣਾ ਟਾਈਟਲ Song ਸੀ ਤੇਰੀ ਮੇਰੀ ਮੇਰੀ ਤੇਰੀ ਔਨ ਟੁੱਟ ਗਈ ਨਹੀਂ ਜਿਉ ਟੁੱਟਦਾ ਪੁਲ ਸਰਕਾਰੀ ਇਹ ਗਾਣੇ ਕਾਫੀ ਹੋਰ ਕਈ ਸਿੰਗਰਾਂ ਨੇ ਗਾਏ ਹੋਏ ਦੀਪਕ ਅੰਸ ਨੇ ਗਾਏ ਆ ਕਈ ਸਿੰਗਰਾਂ ਨੇ ਵਾਜਾਂ ਜੱਗੀ ਸਿੱਧੂ ਹੋਰਾਂ ਨੇ ਹੁਣ ਵੀ ਗਾਣੇ ਮੇਰੇ ਅੱਗੇ ਆ ਰਹੇ ਪ੍ਰੋਪਰ ਮੈਂ ਲਿਖਦਾ ਘਟਾ ਔਰ ਤਿੰਨ ਚਾਰ ਸਾਲ ਕੋਮਾ ਚ ਰਿਹਾ ਮਤਲਬ ਲਿਖਿਆ ਹੀ ਨਹੀਂ ਜਿਵੇਂ ਕਹਾਂ ਹੁਣ ਮੈਂ ਲਿਖਣਾ ਸ਼ੁਰੂ ਕੀਤਾ ਤੇ ਹੁਣ ਮੈਨੂੰ ਜਿਹੜਾ ਮੈਂ ਚਾਹਦਾ ਲਿਖ ਲੈਣਾ ਇਹ ਕਹਿੰਦਾ ਆਪ ਹੀ ਗਾਲ ਨਹੀ ਨਹੀ ਅਰਤਾਰ ਜੀ ਕਮਰਸ਼ੀਅਲ ਵੀ ਕਰ ਰਿਹਾ ਦੂਸਰੇ ਸਿੰਗਰਸ ਵੀ ਜਿਹੜੇ ਹੋਰ ਵੀ ਕਰ ਰਿਹਾ ਤੇ ਉਹ ਜਿਹੜਾ ਮੈਨੂੰ ਲੱਗਦਾ ਵੀ ਇਹ ਆਵਾਜ਼ ਨੂੰ ਇਹਨਾਂ ਨੂੰ ਸੂਟ ਕਰਦਾ ਹੈਗਾ ਤੇ ਮੇਰਾ ਜਿਹੜਾ ਐਜ਼ ਅ ਫਰੈਂਡ ਮੇਰਾ ਫਰਜ਼ ਬੰਦਾ ਹੈ ਕਿ ਐਡਵਾਈਸ ਕਰਨਾ ਕਿ ਆਪਾਂ ਖੁਦ ਨਿਭਾ ਸਕਦੇ ਆ ਤੈਨੂੰ ਖੁਦ ਕਰੀਏ ਆਡੀਅנס ਨੂੰ ਕੀ ਕਹਿਣਾ ਚਾਹੋਗੇ ਅਰਤਾਰ ਜੀ ਆਡੀਅנס ਵੈਸੇ ਤਾਂ ਖੁਦ ਬਹੁਤ ਸਿਆਣੀ ਹੈ ਅੱਜ ਕੱਲ ਬੀ ਪੋਜ਼ਿਟਿਵ ਹੋਈ ਹੈ ਅੱਜ ਕੱਲ ਦਾ ਤੇ ਮੈਂ ਸਿਰਫ ਇਹ ਕਹਾਂਗਾ ਕਿ ਜਿਸ ਤਰ੍ਹਾਂ ਸੀ ਗਾਣੇ ਦੇ ਵਿੱਚ ਗਾਣੇ ਦੇ ਸ ਉਹ ਹਿੰਮਤ ਦੇਣ ਵਾਲੀਆਂ ਨੇ ਕਿਤੇ ਨਾ ਕਿਤੇ ਆਫਟਰ ਕਰੋਨਾ ਮਤਲਬ ਕਰੋਨਾ ਤੋਂ ਪਹਿਲਾਂ ਵੀ ਬਹੁਤ ਲੋਕਾਂ ਨੇ ਉਤਾਰ ਚੜਾਵ ਦੇਖੇ ਹੋਣਗੇ ਲੇਕਿਨ ਆਫਟਰ ਕਰੋਨਾ ਦਾ ਬਹੁਤ ਜ਼ਿਆਦਾ ਹੀ ਲੋਕਾਂ ਦੀ ਜ਼ਿੰਦਗੀ ਜਿਹੜੀ ਬਦਲੀ ਹੈ ਕਈਆਂ ਦੇ ਵਪਾਰ ਜਿਹੜੇ ਬਹੁਤ ਅੱਛੇ ਚੱਲਦੇ ਸੀ ਅੱਜ ਉਹ ਬੰਦ ਹੋਏ ਆ ਜਾਂ ਘਟ ਹੋਏ ਆ ਹਨਾ ਤੇ ਉਹ ਕਈਆਂ ਮਾਰਾਂ ਦੇ ਢੇਟ ਜਿਵੇਂ ਹੁਣ ਹੜ ਜਿਹੜੇ ਆ ਕੇ ਹਟੇ ਆ ਹਨਾ ਸੋ ਇਹ ਚੀਜ਼ਾਂ ਨੇ ਕਿਤੇ ਨਾ ਕਿਤੇ ਸਾਡੀ ਜ਼ਿੰਦਗੀ ਨੂੰ ਬਹੁਤ ਪ੍ਰਭਾਵਿਤ ਕੀਤਾ ਤੇ ਸਾਨੂੰ ਦੁਬਾਰਾ ਫਿਰ ਡਟਣ ਦੀ ਲੋੜ ਹੈ ਅਸੀਂ ਵੈਸੇ ਵੀ ਜਿਹੜੀ ਪੰਜਾਬੀ ਕੌਮ ਆ ਇਹ ਤਾਂ ਬਹੁਤ ਵਾਰ ਲੁੱਟੀ ਗਈ ਹੈ ਬਿਲਕੁਲ ਬਹੁਤ ਵਾਰ ਸੋ ਸਾਨੂੰ ਕਿਤੇ ਨਾ ਕਿਤੇ ਇਹ ਹੌਸਲਾ ਇਹ ਹਿੰਮਤ ਇਹ ਬਣਾ ਕੇ ਰੱਖਣੀ ਹੈ ਸਾਡੇ ਖੂਨ ਵਿੱਚ ਹੈ ਸਿਰਫ ਸਾਨੂੰ ਸਾਡਾ ਪਿਛੋਕੜ ਸਾਡਾ ਇਤਿਹਾਸ ਜਦੋਂ ਅਸੀਂ ਵੇਖਾਂਗੇ ਇਹ ਸਾਡੇ ਆਪਣੇ ਆਪ ਹੀ ਸਾਡੇ ਅੰਦਰ ਆ ਜਾਊਗੀ ਕਿ ਹਮੇਸ਼ਾ ਪੋਜ਼ਿਟਿਵ ਰਹਿ ਕੇ ਅੱਗੇ ਜ਼ਿੰਦਗੀ ਚ ਵਧਦੇ ਰਹੀ ਜੀ ਤਾਂ ਜੇਕਰ ਜ਼ਿੰਦਗੀ ਤੋਂ ਪਰੇਸ਼ਾਨ ਹੋ ਥੱਕੇ ਹਾਰੇ ਹੋ ਕਈ ਵਾਰੀ ਸਾਡਾ ਮਾਈਂਡ ਬਹੁਤ ਪਰੇਸ਼ਾਨ ਹੁੰਦਾ ਹੈ ਤਾਂ ਬੀ ਪੋਜ਼ੀਟਿਵ ਗਾਣਾ ਜ਼ਰੂਰ ਸੁਣੋ ਇਸ ਗੀਤ ਨੂੰ ਸੁਣ ਕੇ ਤੁਹਾਡੇ ਅੰਦਰ ਜਨੂਨ ਆਏਗਾ ਔਰ ਇਸ ਟੀਮ ਨੂੰ ਵੀ ਸਪੋਰਟ ਕਰਿਓ ਧੰਨਵਾਦ ਧੰਨਵਾਦ ਜੀ